ਵੱਟ ਮੁੱਛਾਂ ਨੂੰ ਝਾੜਦਾ ਰਹਿੰਦਾ ਰੋਜ਼ ਤੀਵੀਆਂ ਤਾੜਦਾ ਰਹਿੰਦਾ ਵੱਟ ਮੁੱਛਾਂ ਨੂੰ ਝਾੜਦਾ ਰਹਿੰਦਾ ਰੋਜ਼ ਤੀਵੀਆਂ ਤਾੜਦਾ ਰਹਿੰਦਾ ਕਿਉਂ ਨਾ ਕਹੀਏ ਗੱਲ ਮਾੜੀ ਰੰਗ ਕੇ ਰੱਖਦਾ ਨਿੱਤ ਦਾੜੀ ਉੱਠੇ ਦੇ ਕਾਰਿਆਂ ਦੇ ਵਿੱਚ ਮੌਕੀ ਪਰੇਸ਼ਾਨ ਲਓ ਜੀ ਆ ਪਿੰਡ ਹੈ ਕੋਟ ਕਰੋੜ ਖੁਰਦ। ਤੁਸੀਂ ਪਿੰਡਾਂ ਦੇ ਵਿੱਚ ਛੜੇ ਤਾਂ ਬਹੁਤ ਦੇਖੇ ਤੇ ਸੁਣੇ ਹੋਣੇ। ਇਸ ਪਿੰਡ ਦੇ ਵਸਨੀਕ ਗੱਜਣ ਸਿੰਘ ਦੇ ਤਿੰਨ ਵਿਆਹ ਹੋਏ, ਤਿੰਨੇ ਹੀ ਰੱਬ ਨੂੰ ਪਿਆਰੀਆਂ ਹੋ ਗਈਆਂ। ਤਿੰਨਾਂ ਘਰ ਵਾਲੀਆਂ ਤੋਂ ਇੱਕ ਇੱਕ ਮੁੰਡਾ ਹੋਇਆ। ਹੁਣ ਤਿੰਨੇ ਮੁੰਡੇ ਵੀ ਛੜੇ ਤੇ ਬਾਪੂ ਵੀ ਛੜਾ। ਆਓ ਮੇਰੇ ਨਾਲ, ਮੈਂ ਤੁਹਾਨੂੰ ਲੈ ਚੱਲਦਾ ਇਹਨਾਂ ਛੜਿਆਂ ਦੇ ਘਰ। ਆ ਮਿਲੋ ਜੀ ਛੜਾ ਨੰਬਰ ਇੱਕ ਨੂੰ। ਪਿੰਡ ਵਾਲੇ ਇਹਨੂੰ ਪਿਆਰ ਨਾਲ ਡਿੱਪਰ ਕਹਿੰਦੇ ਨੇ, ਕਿਉਂਕਿ ਆਦਤਨ ਇਹ ਅੱਖ ਮਟੱਕੇ ਤੋਂ ਬਿਨਾਂ ਕਿਸੇ ਨਾਲ ਗੱਲ ਹੀ ਨਹੀਂ ਕਰ ਸਕਦਾ। ਇਹਦਾ ਦੁੱਖ ਤਾਂ ਸੁਣੋ। ਮੈਨੂੰ ਲੱਗਦਾ ਪਿਛਲੇ ਜਨਮ 'ਚ ਕਿਸੇ ਧੋਬਣ ਦਾ ਸ਼ਰਾਬ ਲੱਗਿਆ ਮੈਨੂੰ। ਜ਼ਿੰਦਗੀ ਧੋਬੀ ਦੇ ਕੁੱਤੇ ਵਰਗੀ ਹੋਈ ਪਈ ਆ। ਘਰ ਘਾਟ ਹੁੰਦਾ ਵੀ ਸਾਰੇ ਕਰਦੇ। ਗੱਜਣ ਸਿੰਘ ਦੇ ਆਹ ਨਮੂਨੇ ਨੂੰ ਵੀ ਮਿਲੋ। ਇਹ ਬਿਨਾਂ ਸੈਂਤ ਮਾਰਿਆਂ ਕਿਸੇ ਨਾਲ ਗੱਲ ਹੀ ਨਹੀਂ ਕਰ ਸਕਦਾ। ਇਹਦਾ ਨਾਂ ਸੈਂਤੀ ਪੈ ਗਿਆ। ਹੁਣ ਇਹਦਾ ਕੀ ਸਿਆਪਾ ਹੈ? ਮਾਂਜ ਮਾਂਜ ਕੇ, ਮਾਂਜ ਮਾਂਜ ਕੇ, ਮਾਂਜ ਮਾਂਜ ਕੇ ਹੱਥ ਸਾਲੇ ਖੁਸਰੇ ਦੀ ਅੱਡੀ ਵਰਗੇ ਹੋਏ ਪਏ ਆ। ਨਾ ਕੀ ਬੰਦਾ ਕਿਸੇ ਨੂੰ ਹੱਥ ਦਿਖਾ ਲੂ ਯਾਰ। ਐਨੀ ਕਿਸਮਤੇ, ਹਾਏ ਕਿਸਮਤੇ, ਹਾਏ ਕਿਸਮਤੇ। ਆ ਗੱਜਣ ਸਿੰਘ ਦੇ ਤੀਜੇ ਲਾਲੂ ਪ੍ਰਸਾਦ ਨੂੰ ਮਿਲੋ। ਪਿੰਡ ਵਾਲਿਆਂ ਨੇ ਇਹਦਾ ਨਾਂ ਰੱਖਿਆ ਜੀ ਜੀਬੂ। ਜਨਾਨੀ ਨੂੰ ਦੇਖ ਕੇ ਇਹਦੀਆਂ ਲਾਲਾਂ 'ਚੋਂ ਡਿੱਗ ਪੈਂਦੀਆਂ ਸੀ, ਫਿਰ ਬੁੱਲਾਂ 'ਤੇ ਜੀਭ ਫੇਰਨ ਦੀ ਇਹਦੀ ਆਦਤ ਹੀ ਬਣ ਗਈ। ਇਹਦਾ ਰੋਣਾ ਵੀ ਸੁਣ ਲਓ। ਦੁਪਹਿਰੇ ਗੰਢੇ, ਆਥਰੇ ਗੰਢੇ, ਰਾਤ ਨੂੰ ਗੰਢੇ, ਇਹਨਾਂ ਸਾਰੇ ਗੰਢਿਆਂ ਨੇ ਮੇਰੀ ਜ਼ਿੰਦਗੀ ਦੇ ਸਾਰੇ ਗੰਢੇ ਗਾ ਰੱਖੇ। ਉਹ ਜਿਹੜੇ ਹਿਸਾਬ ਨਾਲ ਅੱਖਾਂ 'ਚ ਪਾਣੀ ਆਈ ਜਾਂਦਾ ਨਾ, ਉਹ ਜੇ ਕੋਈ ਸਾਨੂੰ ਵੀ ਬਰਾਉਣ ਵਾਲੀ ਮਿਲ ਜਾਂਦੀ ਤਾਂ ਸਵਾਦ ਆ ਜਾਂਦਾ। ਹੈ ਲੱਗਦਾ ਰੱਬ ਨੇ ਮੇਰੀ ਛੇਤੀ ਸੁਣ ਲਈ। ਬਹਿ ਜਾ। ਆਏ ਹਾਏ, ਆਏ ਹਾਏ, ਹਾਏ ਮੈਂ ਮਰ ਜਾ। ਮੇਰੇ ਹੁੰਦਿਆਂ ਤੁਸੀਂ ਗੰਢੇ ਕੱਟੋਗੇ? ਲਿਆਓ ਇੱਧਰ, ਮੈਂ ਕੱਟ ਦਿੰਦੀ ਆ। ਕਮਾਲ ਕਰੀ ਜਾਂਦੇ ਆ, ਉਹ ਗੰਢੇ ਦਾ ਦਰਸਲ ਮੈਂ ਆਪੇ ਕੱਟ ਲੂਗਾ। ਬਸ ਤੁਸੀਂ ਇੱਕ ਕੰਮ ਕਰੋ, ਮਾੜਾ ਜਿਹਾ ਕੁੰਡ ਚੱਕ ਦਿਓ। ਜੇ ਇਹ ਗੱਲ ਤਾਂ ਆਪ ਹੀ ਚੱਕ ਦਿਓ। ਅੱਛਾ ਇਹ ਗੱਲ ਹੈ, ਉਹ ਕਮਾਲ ਕਰੀ ਜਾਂਦੇ ਹੋ। ਅੰਨਾ ਕੀ ਪਾਲੇ ਦੋ ਅੱਖਾਂ। ਕੱਪੜੇ ਨਾ ਧੋਇਆ ਕਰੋ, ਬੰਦਾ ਕੱਪੜੇ ਧੋਂਦਾ ਚੰਗਾ ਲੱਗਦਾ? ਆਂਢ ਗੁਆਂਢ ਕੀ ਆਖੂਗਾ? ਛੱਡੋ ਇੱਧਰ, ਮੈਂ ਧੋਨੀ ਆ। ਜੋ ਤੁਹਾਡਾ ਹੁਕਮ ਸੇ ਮੱਥੇ ਜੀ, ਆ ਲੋ ਤੁਸੀਂ ਧੋ ਲੋ। ਸਾਡੇ ਵਿਆਹ ਨਾ ਹੋਣ ਦਾ ਜ਼ਿੰਮੇਵਾਰ ਪਤਾ ਕੌਣ ਹੈ? ਗੌਰ ਸੇ ਦੇਖੋ। ਗੱਲ ਸੁਣ ਲਓ ਮੇਰੀ।
ਚੱਲਿਆ ਰਿਸ਼ਤੇ ਦੀ ਗੱਲ ਕਰਨ। ਲੋ ਵੀ ਮੇਰਾ ਕੰਮ ਬਣ ਗਿਆ, ਤੁਹਾਡੀ ਉਮਰ ਤਾਂ ਲੰਘੀ ਪਈ ਆ। ਦੱਪੇ ਹਾਲੇ ਤੁਹਾਡੇ ਦੁੱਧ ਦੇ ਦਲਵੀ ਉੱਤੇ। ਇੱਧਰ ਵੇਖੋ, ਉਮਰ ਤਾਂ ਮੇਰੀ ਹੈ, ਜਵਾਨੀ ਦੁੱਧ ਪੈਂਦੀ ਆ। ਉਹ ਜਿਹੜੀ ਜੀ ਡੋਲੀ ਗਈ ਉਹ ਸਮਝਣਾ ਖਤਮ। ਦੱਸ ਸਰ ਬਾਪੂ ਮੇਰੇ ਰਿਸ਼ਤੇ ਦੀ ਗੱਲ ਕਰਨ ਚੱਲਿਆ, ਮੈਂ ਸੁਣ ਦੱਸਾਂ। ਹਾਂ ਉਹ ਵੱਡਾ ਮੈਂ ਹੈ। ਚੁੱਪ ਓਏ, ਹੱਟ ਪਿੱਛੇ। ਤੁਹਾਡੇ ਨਾਲੋਂ ਵੱਡਾ ਮੈਂ ਹੈ। ਲੈ ਮੈਂ ਆਪਦੇ ਰਿਸ਼ਤੇ ਦੀ ਗੱਲ ਕਰਨ ਚੱਲਿਆ। ਫੜ ਲਓ ਪੂਛੜਾ, ਉਹ ਵੀ ਪੰਮੀ ਵਿਚੋਲਣ ਦੇ ਨਾਲ। ਲੈ ਲੋ ਸਾਲਿਓ ਡੋਲੀ, ਉਹ ਜਾਂਦਾ ਜੀ। ਉਹ ਜਿਹੜੇ ਸਾਨੂੰ ਮਿਲਨੇ ਉਹ ਤਾਂ ਮਿਲ ਗਏ ਆ, ਤੂੰ ਚਕੈਲਾ ਘੁੰਡ। ਓਏ ਗੱਲ ਸੁਣੇ ਸੋਰੀ ਦਿਆ, ਤੂੰ ਦੱਸ ਦੇ ਚੁਹਾਰੇ ਦਾ ਸਵਾਦ ਕਿਹੋ ਜਿਹਾ ਹੁੰਦਾ। ਉਹਨੂੰ ਕਹ ਤਮੀਜ਼ ਨਾਲ ਗੱਲ ਕਰ, ਤੂੰ ਵੱਡਾ ਹੋਏਗਾ ਆਪਦੇ ਘਰੇ ਹੋਏਗਾ, ਦੱਸਦਾ ਮੈਂ ਤੈਨੂੰ। ਮੈਂ ਕਿਹਾ ਮੇਲੀ ਜੀ ਨਾ ਮਾਰ, ਮੈਂ ਤੈਨੂੰ ਦੱਸਾਂ ਵੱਡਾ ਮੈਂ ਹੈ, 10 ਰੁਪਿਆ ਮੇਰੇ ਹੀ ਹੋਊਗਾ। ਮੈਂ ਸੋਚ ਰਿਹਾ ਪੈਂਦੀ ਆ ਵਿਆਹ ਮੇਰਾ ਪਹਿਲਾਂ ਹੋਊਗਾ। ਦੋਨੇ ਬੁੱਢੇ, ਦੋਨੇ ਬੁੱਢੇ, ਮੈਂ ਜਵਾਨ। ਕੀ ਹੋਇਆ ਅਮਲੀਆ ਤੈਨੂੰ? ਢੋਲੇ ਦੀਆਂ ਤਾਂ ਲਾਉਣਾ ਯਾਰ। ਗੱਲ ਸੁਣ ਠੇਕੇਦਾਰ, ਤੂੰ ਆ ਸਾਡੇ ਪਿੰਡ ਚ ਨਵੇਂ ਨਵੇਂ, ਤੈਨੂੰ ਸਾਡੇ ਪਿੰਡ ਦੇ ਬਾਰੇ ਕੀ ਪਤਾ ਹੋਏ? ਓਏ ਨਸ਼ਾ ਹੋ ਗਿਆ ਬੰਦ, ਤੇ ਜੇ ਮਿਲਦਾ ਤੇ ਮਹਿੰਗੇ ਭਾ ਮਿਲਦਾ। ਆ ਗੋਲੀ ਗੱਡੇ ਕੈਸੂ ਨਾ ਸਾਲੀ ਸਾਡੀ ਰੂਹ ਨੀ ਖਿੜਦੀ। ਓਏ ਅਮਲੀਆ ਖਾ ਵੀ ਨਾ ਜਿਹੜੇ ਕਾਲੇ ਨਾਗ ਨਸ਼ੇ ਵਾਲੇ ਤੁਸੀਂ ਗੱਲ ਚ ਪਾਏ ਆ। ਕਿੰਨੇ ਵਾਰੀ ਤੁਹਾਨੂੰ ਕਿਹਾ ਵੀ ਨਸ਼ਾ ਛਡਾਓ ਕੇਂਦਰ ਜਾਓ, ਉਹ ਨਸ਼ੇ ਛੱਡੋ ਤੇ ਕੋੜ ਵੱਢੋ। ਉਹ ਠੇਕੇਦਾਰ ਸਾਹਿਬ, ਨਸ਼ੇ ਤਾਂ ਇਹ ਛੱਡ ਦੇਣ, ਪਰ ਆ ਜਿਹੜੇ ਬੈਠਿਆਂ ਨੂੰ ਝੂਠੇ ਮਾਟੇ ਆਉਂਦੇ ਆ, ਇਹ ਨੀ ਆਉਣੇ ਮੁੜ ਕੇ। ਓ ਚਲੋ ਛੱਡੋ ਗੱਲ ਨੂੰ। ਓ ਗੱਜਣ ਸਿੰਘ, ਓ ਮੈਨੂੰ ਇੱਕ ਗੱਲ ਦੱਸ। ਓ ਪਤੰਦਰਾ ਉੱਦਾਂ ਦਾ ਉੱਦਾਂ ਪਿਆ, ਕੀ ਖਾਣਾ? ਸਾਲਮ ਪੰਜਾ, ਮਿੱਠੀਆਂ ਸਰਿੰਜਾਂ, ਖਸ ਖਸ, ਸੌਂਫ, ਸੋਨਾ ਭਸਮ, ਚਾਂਦੀ ਭਸਮ, ਚਾਰੇ ਮਗਜ, ਬੰਗ ਭਸਮ, ਹੋਰ ਵੀ ਕਈ ਚੀਜ਼ਾਂ ਪਾਈ ਦੀਆਂ। ਸਾਰੀਆਂ ਦੀ ਪੰਜੀਰੀ ਰਲਾ ਕੇ ਖਾਈ ਦੀ ਹੈ ਤੇ 12 ਮਹੀਨੇ 30 ਦਿਨ ਮੁੱਕਣ ਨੀ ਦੇਈਦੀ। ਕਿਉਂ ਚਾਚਾ, ਲੱਗ ਗਿਆ ਪਤਾ? ਗੱਜਣ ਸਿੰਘ, ਜੇ ਹਾਂ ਗੱਲ ਆ ਨਾ, ਤੇ 2000 ਚਮਚੇ ਆਪਦੇ ਵਾਲੀ ਪੰਜੀਰੀ ਚ ਮੈਨੂੰ ਮਿਲਵਾ ਦੇ। ਓਏ ਅਮਲੀਆ, ਜੇ ਤੂੰ ਗੱਜਣ ਸਿੰਘ ਵਾਲੀ ਪੰਜੀਰੀ ਚੋਂ 2-4 ਚਮਚੇ ਲਾ ਲੈ ਨਾ, ਆ ਨਾਲਾ ਤੇਰਾ 2-4 ਦਿਨ ਹੱਥ ਚ ਰਹੂਗਾ। ਇਹ ਪਤੰਦਰ ਗੱਲ ਪੁੰਜੇ ਡਿੱਗਣ ਨਹੀਂ ਦਿੰਦੇ। ਚੱਲ ਛੱਡ, ਖੈਰ ਗੱਜਣ ਸਿਆਂ, ਮੈਨੂੰ ਇਹ ਗੱਲ ਦੱਸ ਵੀ ਚੌਥੀ ਰੀ ਚੰਜ ਕਦੋਂ ਲੈ ਕੇ ਜਾਏਗਾ? ਹਾਏ ਹਾਏ ਹਾਏ, ਓਏ ਅਮਲੀਆ, ਤੇਰੇ ਮੂੰਹ ਚ ਘਿਓ ਸ਼ੱਕਰ ਨਹੀਂ, ਘਿਓ ਸ਼ੱਕਰ ਤਾਂ ਤੈਥੋਂ ਚੱਲਿਆ ਨਹੀਂ ਜਾਣਾ, ਤੇਰੇ ਮੂੰਹ ਚ ਫੀਮ ਦੀ ਡਲੀ, ਤੇ ਉਹ ਵੀ ਅਫਗਾਨਿਸਤਾਨੀ। ਪਟੇਰਾ ਸਮਝ ਕੇ ਭੁੰਨ ਕੇ ਖਾ ਜਾਣਾ, ਮੈਨੂੰ ਆ ਨੀ ਜੀਣ ਦਿੰਦੇ। ਸਾਰੀ ਦਿਹਾੜੀ ਮੈਨੂੰ ਸਾਲੀ ਵਾਂਗੂ ਟਿੱਚਣਾ ਕਰੀ ਰੱਖਦੇ। ਬਿਸ਼ਨ ਸਿਆ, ਬਸ ਤੂੰ ਜੰਜ ਚੜਨ ਦੀ ਤਿਆਰੀ ਕਰਕੇ ਰੱਖ, ਤੁਹਾਨੂੰ ਵੀ ਸੱਦਾ ਬਈ। ਬਸ ਫਿਰ ਆਪਾਂ ਦਿੰਨੇ ਆ ਖੁਸ਼ਖਬਰੀ ਤੈਨੂੰ ਛੇਤੀ। ਠੀਕ ਹੈ ਗੱਜਣ ਸਿੰਘ, ਚੰਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਕੋਲ ਇੱਕ ਨੇ ਸੰਭੇ ਜਾਂਦੇ ਤੇ ਚੌਥਾ ਕਰੋਂ ਨੂੰ ਫਿਰਦਾ ਹੀ। ਉਹ ਤੂੰ ਫਿਰ ਪੰਜੀਰੀ ਨਹੀਂ ਨਾ ਖਾਦੀ, ਤੂੰ ਕੱਲਾ ਨਾ ਖਾ 50 ਮਿੰਟ। ਆਓ ਜੀ। ਬਾਬਾ ਜੀ, ਬੂਟਾ ਸਿਰ ਤੇ ਹੈ, ਆਪਣਾ ਆਸ਼ੀਰਵਾਦ ਭਰਿਆ ਹੱਥ ਸਾਡੇ ਸਿਰ ਤੇ ਰੱਖਿਓ। ਤੁਸੀਂ ਬੇਫਿਕਰ ਰਹੋ MLA ਸਾਹਿਬ, ਸਾਡੀਆਂ ਸਾਰੀਆਂ ਸੰਗਤਾਂ ਤੁਹਾਡੇ ਹੱਕ 'ਚ ਭੁਗਤਣਗੀਆਂ, ਪਰ ਅੱਗੇ ਦੀ ਤਰ੍ਹਾਂ ਤੁਸੀਂ ਵੀ ਸਾਡੇ ਹੱਕ 'ਚ ਹੀ ਰਹੋ। ਹਰੀ ਓਮ ਬਾਬਾ ਜੀ, ਨਾਮ ਜਪੋ। ਬਾਬਾ ਜੀ,
संगत बेसबरी नाल इंतजार करी जांदी तुहाडा। मेरा नाम जपो, मेरा नाम जपो भाई। दसो भाई संगतो, की दुख तकलीफ है? बाबा दी जय होवे। ओ बाबा जी, जिंदगी साली नरक होई पई है। घर वाली लड़दी रहिंदी है, जवाक कोल नहीं आउंदे, ते गुआंढणा घूर घूर वेखदियां रहिंदियां, ते पिंड वाले साले जमा ही मूंह नहीं लाउंदे। आ कुल मिला के बाबा जी, जिंदगी नरकी समझो, नरकी। दारू पीना भाई? सच्चे दरबार ते खड़ के झूठ नहीं बोलदा बाबा जी, पीना जी, पर पीना उदन आया जिदन किसी नाल लड़ पा। इहदा मतलब भाई, जिदन किसी नाल ना लड़े उदन नहीं पींदा तू? सच्चे दरबार दी सौं लगे बाबा जी, झूठ नहीं बोलदा, पी उदन भी लेना, उदन इस खुशी च पी लई दी है वे अज किसी नाल लड़े ही नहीं। हरि ओम। ओ बैरा बैरा भगता, तेरा भी कर दिया समाधान। बैरा बैरा बैरा। जय बाबा दी। दो नंबर पर्ची केड़े भगत दी है? जय बाबा दी, जय बाबा जी दी। बाबा जी, पहला मुंदरी चढ़ा के गई सी, थोड़ी कृपा नाल वड्डा मुंडा कनेडा पहुंच गया, कनेडा। बाबा जी, अ चूड़ियां लेके आई सी, बस करो कृपा, छोटा मुंडा ते असी दोने जी रह गए, सानू भी पचा दो कनेडा। भगतनिए, बाबे माया नू हाथ नहीं लाउंदे, आ इधर फड़ाओ। जा भगतनिए, तेरे वास्ते आज तो कनेडा दे दरवाजे खुले। जय बाबे आदी, बाबा जी दी जय होवे। वाजे 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 बाबे दी फुल कृपा, सारा टब्बर चढ़ा दू जाजे, बाबे दी फुल कृपा, सारा टब्बर चढ़ा दू जाजे, बाबे दी फुल बाबा जी मत्था टेकदा जी। बाबा जी, आ कुड़ी साडे पिंडो है ते आ इहदे बापू जी है। आ वेख लो किड्डी हो गई है, हजे भी गुड्डे गुड्डियां ने खेडी जांदी, कदे चीका मार लग जांदी है, कदे खेडन लग जांदी है, कदे गुमसुम हो जांदी है। असी तां बाबा जी इहदा हर जगह इलाज करा के थक चुके हैं, हुण तुहाडी दस पाई है किसे ने, करो कृपा बाबा जी, सारा टब्बर बहुत दुखी है। हरि ओम। भगता, गुड्डी नू थोड़ा चिर आश्रम दे विच रहना पऊगा, जिवें जिवें सेवा करूगी ओवे ओवे मालक भली करूगा। बापू, सत वचन बाबा जी। आओ भैन। छड्डो मैनू, छड्डो मैनू। कोई ना पाई, भला हो। नाम जपो। ਕਦੇ ਆਵੇ ਸੱਜਣਾ ਵੀ ਕਹਿ ਦਿਆ ਕਰ ਭਰਜਾਈ। ਨਾ, ਫਿਰ ਤਾਂ ਤੂੰ ਵਿਗੜ ਜਾਏਗਾ। ਹਾਏ, ਖੁਸ਼ ਕਰਤਾ ਭਰਜਾਈ। ਚੱਲ ਆ ਜਾ, ਲੰਘਿਆ ਚੱਲ ਚੱਲ, ਨੀ ਭਾਬੀਏ ਬਦਾਮੀ ਰੰਗੀਏ, ਬਹਿ ਜਾ। ਹੋਰ ਦੱਸ,
ਹੋਰ ਦੱਸ ਵੀ ਗੱਜਣਾ ਕੀ ਸੇਵਾ ਕਰੀਏ ਤੇਰੀ ਭੁੱਖੇ ਨੂੰ ਪਾਈ ਬਾਤ ਕਹਿੰਦਾ ਟੁੱਕ ਲੱਭ ਦੇ ਭਰਜਾਈ ਕੋਈ ਆਪਦੇ ਵਰਗੀ ਹੀਰ ਸਲੇਟੀ ਜੱਟ ਦੀ ਰੋਟੀ ਪੱਕਦੀ ਹੋਜੂ ਮੁੰਡਿਆਂ ਨੂੰ ਮਾਂ ਮਿਲਜੂ ਹੈਂ ਓ ਭਰਜਾਈ ਆਹ ਕਿੱਧਰ ਵੰਗਾਂ ਦੇ ਵਿੱਚ ਗਵਾਚ ਗਈ ਫੇ ਗੱਜਣ ਸਿਆ ਮੈਂ ਦੇਖਦੀ ਸੀ ਵੀ ਮੇਰੀ ਇੱਕ ਵੀ ਨਹੀਂ ਵਿੱਚ ਤਾਂ ਦੋ ਵੰਗਾ ਹੈਗੀ ਹੈ ਤੇ ਜੇ ਕਿਤੇ ਮੇਰੀ ਆਹ ਵੀ ਨਹੀਂ ਵਿੱਚ ਵੀ ਦੋ ਵੰਗਾ ਪੈ ਜਾਣ ਨਾ ਧਰਮ ਨਾ ਸਵਾਦ ਆ ਜੇ ਸਮਝ ਗਿਆ ਭਰਜਾਈ ਮੈਂ ਤੇਰੀਆਂ ਰਮ ਜਾ ਤੂੰ ਫਿਕਰ ਨਾ ਕਰ ਲੰਡਿਆਂ ਵਾਲੇ ਸੁਨਿਆਰਿਆਂ ਨਾਲ ਮੇਰੀ ਉੱਠਣੀ ਬੈਠਣੀ ਹੈ ਉਹ ਜਦੋਂ ਮਰਜ਼ੀ ਜਾਈ ਵੰਗਾ ਕਢਵਾ ਲਿਆਈ ਮਿੱਤਰਾਂ ਦਾ ਨਾਂ ਚੱਲਦਾ ਬਸ ਤੂੰ ਤੁਣਕਾ ਮਾਰ ਲੈ ਤੁਣਕਾ ਤਾਂ ਮੈਂ ਕੱਲ ਮਾਰ ਦਿੰਨੀ ਹੈ ਚੜਾ ਦਿੰਨੀ ਹੈ ਤੇਰੀ ਗੁੱਡੀ ਉਹ ਪਰ ਕਦੋਂ ਕੱਲ ਹੀ ਪਰ ਇੱਕ ਗੱਲ ਹੈ ਕੁੜੀ ਨੂੰ ਨਾ ਥੋੜਾ ਜਿਹਾ ਉੱਚਾ ਸੁਣਦਾ ਉਹ ਚੱਲ ਭਰਜਾਈ ਮੈਂ ਕਿਹੜਾ ਕੁੜੀ ਨੂੰ ਹੀਰ ਸੁਣਾਉਣੀ ਹੈ ਨਾਲੇ ਬੁੜੀਆਂ ਨੂੰ ਤਾਂ ਉੱਚਾ ਹੀ ਸੁਣਦਾ ਹੋਵੇ ਤਾਂ ਹੀ ਚੰਗਾ ਹੈ ਚੱਲ ਫਿਰ ਕਰ ਲੈ ਕੱਲ ਦੀ ਤਿਆਰੀ ਪਰ ਮੇਰੀ ਗੱਲ ਸੁਣ ਲਾ ਮੇਰੀਆਂ ਵੰਗਾਂ ਨਾ ਭੁੱਲ ਜੀ ਸੋਨੇ ਨਾਲ ਤਾਂ ਮੈਂ ਤੈਨੂੰ ਲੱਦ ਦੇਣਾ ਸੀ ਭਰਜਾਈ ਪਰ ਤੂੰ ਮੇਰਾ ਕਹਿਣਾ ਹੀ ਨਹੀਂ ਮੰਨੀ ਮੈਂ ਤੈਨੂੰ ਕਿਹਾ ਸੀ ਆ ਜਾ ਬਹਿ ਜਾ ਜੱਟ ਦੇ ਚੌਂਕੇ ਤੇ ਮੌਜਾਂ ਕਰੇਂਗੇ ਵੇ ਗੱਜਣਾ ਸ਼ਰੀਕੇ ਕਬੀਲੇ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਨਾਲੇ ਤੂੰ ਤਾਂ ਪਹਿਲਾਂ ਤਿੰਨ ਗੱਡੀ ਚਾੜਤੀ ਹੈ ਹੈਂ ਤੂੰ ਐਂ ਕਰ ਤੂੰ ਜਾ ਤੇ ਕੱਲ ਦੀ ਤਿਆਰੀ ਕਰ ਚੰਗਾ ਚੱਲਦਾ ਚੰਗਾ ਗੱਜਣਾ ਹਾਂ ਮੈਂ ਕਹਿੰਦਾ ਸੀ ਮੈਂ ਜਾਵਾਂ ਫੇ ਜਾ ਹੁਣ ਲੱਗਦਾ ਹੁਣ ਗੱਜਣ ਸਿਓ ਵਾਸਤੇ ਵੀ ਕੋਈ ਚੰਗੀ ਮਾੜੀ ਲੱਭਣੀ ਪਊਗੀ ਬੀਬੀ ਜੀ ਓ ਬੀਬੀ ਜੀ ਬੀਬੀ ਜੀ ਆ ਸਰਦਾਰ ਨਹੀਂ ਹੈ ਕੋਈ ਗਰੀਬਣੀ ਨੂੰ ਖੈਰ ਹੀ ਪਾ ਦੇ ਉਹ ਕਿਵੇਂ ਹੋਕੇ ਦੇਈ ਜਾਂਦੀ ਹੈ ਇੱਥੇ ਬੀਬੀ ਨਹੀਂ ਇੱਥੇ ਤਾਂ ਸਾਰੇ ਬੀਬੇ ਆ ਮੈਂ ਤਾਂ ਦੱਸਾਂ ਲੈ ਕਰ ਬਗਲੀ ਜੀ ਕੋਈ ਰੁਕ ਜਾ ਰੁਕ ਜਾ ਹੈ ਉਹ ਬੱਲਾਂ ਨਾਲ ਨਜ਼ਾਰੇ ਲੈ ਜੀ ਮੈਂ ਵੀ ਆਉਣਾ ਅਰੇ ਨੇੜਿਓ ਦੇਖੂੰਗਾ ਤੈਨੂੰ ਹਿਸਾਬ ਨਹੀਂ ਗਾ ਮੈਨੂੰ ਹਿਸਾਬ ਹੈ ਪਹਿਲਾਂ ਆਪਦਾ ਨਾਂ ਦੱਸ ਤੇਰਾ ਨਾਂ ਕੀ ਹੈ ਤਾਰ ਤਾਰ ਅਸੀਂ ਤਿੰਨੇ ਭਰਾ ਡੁੱਬੇ ਸਾਨੂੰ ਵੀ ਤਾਰ ਤਾਂ ਤੁਸੀਂ ਕਿਵੇਂ ਡੁੱਬੇ ਪਏ ਹੋ ਮੈਂ ਸਮਝੀ ਨਹੀਂ ਸਰਦਾਰ ਜੀ ਇਹ ਦਰਸਰ ਮੈਂ ਸਮਝਾਉਣਾ ਤੈਨੂੰ ਸਾਡਾ ਤਿੰਨਾਂ ਭਰਾਵਾਂ ਦਾ ਵਿਆਹ ਨਹੀਂ ਹੋਇਆ ਅੱਜ ਤਾਂ ਲੰਡੇ ਚਿੜੇ ਹੈ ਸਰਦਾਰ ਜੀ ਵਿਆਹ ਤੇ ਮੇਰਾ ਵੀ ਨਹੀਂ ਹੋਇਆ ਮੈਂ ਤਾਂ ਡੁੱਬੀ ਨਹੀਂ ਵਿਆਹ ਨਹੀਂ ਹੋਇਆ ਇਹਦਾ ਇਲਾਜ ਵੀ ਹੈਗਾ ਬਸ ਤੂੰ ਸਾਡੇ ਤਿੰਨਾਂ ਨਾਲ ਹੀ ਵਿਆਹ ਕਰਾ ਲਾ ਹੈ ਆ ਤੁਹਾਡੇ ਤਿੰਨਾਂ ਨਾਲ ਨਹੀਂ ਨਹੀਂ ਮੇਰੇ ਨਾਲ ਨਹੀਂ ਨਹੀਂ ਮੇਰੇ ਮੇਰੇ ਨਾਲ ਓਏ ਮੈਂ ਕਿਹਾ ਮੇਰੇ ਨਾਲ ਕਰਾ ਲਾ ਨਹੀਂ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਚੁੱਪ ਕਰ ਦਿਓ ਉਹ ਕਿਵੇਂ ਖਿਚੜੀ ਪਕਾਈ ਹੈ ਸਾਲਿਓ ਨਾ ਗੱਲ ਸੁਣੋ ਆ ਤੁਹਾਡੀਆਂ ਹਰਕਤਾਂ ਕਰਕੇ ਤੈਨੂੰ ਤਾਂ ਆਪਾਂ ਤਿੰਨੇ ਛੜੇ ਤੁਰੇ ਫਿਰਦੇ ਆ ਆ ਕੌਰਵ ਪਾਂਡਵਾਂ ਨੂੰ ਦੇਖ ਲਾ ਪੰਜੇ ਭਰਾਵਾਂ ਨੇ ਇੱਕ ਜਨਾਨੀ ਰੱਖੀ ਸੀਗੀ ਤੇ ਆਪਾਂ ਤਿੰਨੇ ਜਾਣੇ ਰਲ ਕੇ ਇੱਕ ਨਹੀਂ ਰੱਖ ਸਕਦੇ ਓਹੋ ਤੁਸੀਂ ਤਾਂ ਤਿੰਨੇ ਹਲਕੇ ਫਿਰਦੇ ਹੋ ਤੁਸੀਂ ਤਾਂ ਤਿੰਨੇ ਲੁੱਚੇ ਹੋ ਨਹੀਂ ਅਸੀਂ ਲੁੱਚੇ ਨਹੀਂ ਅਸੀਂ ਸੁੱਚੇ ਆ ਜੇ ਲੁੱਚੇ ਹੁੰਦੇ ਤਾਂ ਉਹਨੂੰ ਮੱਲੇ ਚ ਰੌਲਾ ਪੈ ਜਾਣਾ ਸੀ ਬੜੇ ਸੁੱਚੇ ਹੋ ਆ ਕੋਈ ਅੱਖਾਂ ਮਾਰਦਾ ਤੇ ਕੋਈ ਜੀਭਾ ਮਾਰਦਾ ਤੇ ਕੋਈ ਇਹ ਤਾਂ ਸਾਡੀ ਖਾਨਦਾਨੀ ਆਦਤ ਹੈ ਮੈਂ ਕਿਹਾ ਜੀ ਇਸ ਤਾਂ ਬਹੁਤ ਭਲੇ ਮਾਨਸ ਬੰਦੇ ਹੈ ਆਟਾ ਪਾਉਣਾ ਹੈ ਤੇ ਪਾ ਖਸਮਣ ਖਾਓ ਮੈਂ ਚੱਲੀ ਆ ਹਾਂਜੀ ਫੇਰ ਕਦੋਂ ਆਉਂਗੇ ਮੈਂ ਕਿਹਾ ਇਹ ਜੀ ਨੂੰ ਨਵਾ ਧਵਾ ਕੇ ਚੁੱਲ੍ਹੇ ਤੇ ਭਾਇਆ ਹੋਵੇ ਨਾ ਅੱਗ ਬਾਲਣ ਦੀ ਲੋੜ ਨੀ ਓਪੀ ਅੱਗ ਲੱਗ ਜੂ ਜਾ ਕੇ ਰੋਟੀਆਂ ਪਕਾ ਲਾ ਇੱਧਰ ਭਾਵੇਂ ਅੱਗ ਬਲੇ ਨਾ ਬਲੇ ਪਰ ਬਾਪੂ ਆ ਗਏ ਉਹਨੇ ਸਾਰਿਆਂ ਦੇ ਜਗਾੜੇ ਕਰਦੇ ਨੇ ਚੁੱਪ ਕਰ ਭਾਲੀ ਮਾਤੀ ਜੀ ਨਾ ਦਿਆ ਕਰ ਚੱਲ ਚੱਲ ਗਏ ਇੱਥੇ ਨੂੰ ਗਈ ਸੀ ਪੂਰਾ ਸ਼ਕੀਨ ਜੱਟ ਹੈ ਕਿਸੇ ਗੱਲ ਦੀ ਘਾਟ ਨਹੀਂ
ਬਾਕੀ ਜੇ ਕੋਈ ਗੱਲ ਕਰਨੀ ਹੋਈ ਤੁਸੀਂ ਆਪ ਕਰ ਲਿਓ ਖੁੱਲ ਕੇ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ 2 ਤੋਲੇ ਦੀ ਚੈਨੀ ਦੀ ਵਿਚੋਲਗੀ ਦੀ ਹੈ। ਬਾਕੀ ਆ ਬਾਬਾ ਮਹਿਲਾਂ ਵਾਲਾ ਸਭ ਠੀਕ ਕਰੂਗਾ। ਜੈ ਬਾਬਾ ਜੀ ਦੀ। ਹਾਏ ਮੈਂ ਮਰ ਗਈ, ਆ ਗੱਜਣ ਹੈ। ਓਹੋ ਤੁਸੀਂ ਤਾਂ ਡਰਾ ਹੀ ਦਿੱਤਾ, ਉਹ ਤਾਂ ਸਾਡੇ ਦੁੱਧ ਪਾ ਕੇ ਜਾਂਦਾ। ਬਾਪੂ ਜੀ ਆ ਜਾਓ, ਲੰਘਿਆਓ, ਆ ਦੁੱਧ ਰੱਖ ਦੋ ਕਦੋਲੀ ਤੇ। ਭਾਈ ਤੇਰੀ 2 ਤੋਲਿਆਂ ਦੀ ਚੈਨੀ ਪੱਕੀ, ਪਰ ਮੈਥੋਂ ਨਾ ਬਾਲਾ ਦਾਜ ਦਹੇਜ ਨਹੀਂ ਦਿੱਤਾ ਜਾਣਾ। ਉਹ ਤੁਸੀਂ ਸਾਰਾ ਕੁਛ ਮੇਰੇ ਤੇ ਛੱਡ ਦੋ ਬਸ। ਲੈ ਓ ਆ ਗਿਆ ਗੱਜਣ ਸਿਓ। ਵੈਸੇ ਤਾਂ ਤੁਹਾਨੂੰ ਭਰਜਾਈ ਨੇ ਸਾਰਾ ਕੁਛ ਦੱਸ ਹੀ ਦਿੱਤਾ ਹੋਣਾ, ਫਿਰ ਵੀ ਦੱਸ ਦੇਣਾ ਚਾਹੁੰਦਾ ਕਿ ਮੇਰੇ ਪਹਿਲਾਂ 3 ਵਿਆਹ ਹੋਏ ਸੀ ਤੇ ਤਿੰਨੇ ਹੀ ਰੱਬ ਨੂੰ ਪਿਆਰੀਆਂ ਹੋ ਗਈਆਂ ਤੇ ਤਿੰਨਾਂ ਤੋਂ 1-1 ਮੁੰਡਾ ਤੇ ਹੁਣ ਉਹਨਾਂ ਮੁੰਡਿਆਂ ਨੂੰ ਮਾਂ ਦੀ ਸਖ਼ਤ ਜ਼ਰੂਰਤ ਹੈ। ਇਸੇ ਲਈ ਆ 4th ਵਿਆਹ ਦਾ ਹੂਲਾ ਪੱਕਣ ਲੱਗਾ, ਨਹੀਂ ਤਾਂ। ਹਾਂਜੀ ਉਹ ਪਾਊ ਜੀ ਇੱਕ ਗੱਲ ਤਾਂ ਦੱਸੋ, ਉਹ ਤਿੰਨਾਂ ਜਣੀਆਂ ਨਾਲ ਪਾਣਾ ਕੀ ਵਾਪਰਿਆ ਸੀ? ਬਸ ਜੀ ਪਾਣਾ ਕੀ ਵਰਤਣਾ ਸੀ, ਇੱਕ ਨੂੰ ਤਾਂ ਅਟੈਕ ਹੋ ਗਿਆ ਸੀ, ਉਹ ਰੱਬ ਨੂੰ ਪਿਆਰੀ ਹੋ ਗਈ, ਪਰ ਦੂਜੀ ਨੂੰ ਕੀ ਹੋਇਆ ਸੀ? ਤੇ ਦੂਜੀ ਨੂੰ ਦਮੇ ਦੀ ਬਿਮਾਰੀ ਸੀ, ਐਸਾ ਸਾਹ ਚੜਿਆ ਮੁੜਿਆ ਹੀ ਨਹੀਂ। ਤੇ ਤੀਜੀ ਅਸੀਂ ਕਿਤੇ ਚੱਲੇ ਸੀ, ਸਾਡਾ ਐਕਸੀਡੈਂਟ ਹੋ ਗਿਆ, ਮੈਨੂੰ ਇਕੱਲੇ ਨੂੰ ਛੱਡ ਕੇ ਉਹ ਵੀ ਚਲੀ ਗਈ, ਬਸ ਉਹਦਾ ਭਾਣਾ ਜੀ। ਤੁਸੀਂ ਸਾਰੇ ਜਣੇ ਚੁੱਪ ਜੇ ਕਿਉਂ, ਬੋਲਦੇ ਕਿਉਂ ਨਹੀਂ, ਕੁਛ ਗੱਲ ਕਿਉਂ ਨਹੀਂ ਕਰਦੇ ਕੋਈ? ਨਾ ਜੀ ਨਾ, ਹੁਣ ਨਾ ਮਾਰੋ, ਹੁਣ ਤਾਂ ਇਹ ਅੱਜ ਅੱਧੀ ਮੇਰੀ ਹੋ ਗਈ ਹੈ ਜੀ। ਮੈਨੂੰ ਦੱਸਤਾ ਸੀ ਜੀ ਭਰਜਾਈ ਨੇ ਬਈ ਇਹਨੂੰ ਉੱਚਾ ਸੁਣਦਾ, ਕੋਈ ਨਾ ਦੇਖ ਵਿਗੜਾ ਬੜਾ ਆਪਣੇ ਨਿੱਤ ਹੱਡ ਪਾਉਂਦਾ ਰਹਿੰਦਾ, ਉਹਦੇ ਮਾੜੀ ਜੀ ਕੁਣੀ ਕੀ ਵੱਜੀ ਕਿ ਮੈਂ ਮੱਛੀ ਨੂੰ ਤੜਫੀ ਜਾਂਦਾ। ਐਡੀ ਛੇਤੀ ਹੋ ਗਈ ਦੇ ਵੱਡੇ ਦੀ ਅੱਧੀ। ਆ ਤੁਸੀਂ ਗੱਲ ਕਰੋ ਜੀ ਜਿਹੜੀ ਕਰਨ ਆਏ ਹੋ। ਆ ਇੱਕ ਮਿੰਟ ਦੇਖ ਪਾਓ ਜੀ, ਸਾਡੀ ਵੱਡੀ ਮੰਗ ਕੇ ਤੁਸੀਂ ਕੁੜੀ ਨੂੰ ਕਰਲ ਜਾ ਕੇ ਬੜਾ ਕੰਮ ਨਹੀਂ ਜੇ ਕਰਾਣਾ? ਲੈ ਕੰਮ ਕਰਨ ਦੀ ਕੀ ਲੋੜ ਹੈ ਜੀ, ਕੰਮ ਕਰਨ ਨੂੰ ਆ ਬਾਪੂ ਦੇ ਉਹ 3 ਬਾਂਦਰ ਹੈਗੇ ਤਾਂ ਹੈ ਜੀ, ਨਾਲੇ ਕੰਮ ਕਰੀਏ ਨਾਲੇ ਬਾਂਦਰ ਬਣੀਏ, ਮੱਗਰ ਸਾਰੇ ਪੂਛੜਾ ਹੈ। ਤੁਸੀਂ ਤਾਂ ਇਹਨਾਂ ਦੇ ਬਾਪੂ ਜੀ ਹੋ, ਤੇ ਫਿਰ ਆ ਭਾਈ ਸਾਹਿਬ ਕੌਣ ਨੇ? ਮੈਂ ਜੀ ਮੈਂ ਕੁੜੀ ਦਾ ਦੂਰ ਦਾ ਦਿਓਰ ਆ ਜੀ। ਦੂਰ ਦਾ ਦਿਓਰ? ਉਹ ਦਰਅਸਲ ਮੈਂ ਦੱਸਦਾ ਜੀ, ਸਾਡੀ ਇਹ ਕੁੜੀ ਪਹਿਲਾਂ ਵਿਆਹੀ ਸੀ ਨਾ, ਉੱਥੋਂ ਇਹ ਉਹਦਾ ਦਿਓਰ ਹੈ ਤੇ ਇਹਦੀ ਬਸ ਸਹੁਰਿਆਂ ਨਾਲ ਤਾਂ ਬਣੀ ਨਹੀਂ ਤੇ ਇਹਦੇ ਨਾਲ ਬਣਦੀ ਸੀ, ਇਹ ਇਹਦੇ ਨਾਲ ਹੀ ਆ ਗਿਆ ਤੇ ਹੁਣ ਤੱਕ ਬਸ ਇਹਨਾਂ ਦੀ ਬਣੀ ਜਾਂਦੀ ਹੈ, ਐਂ ਤੁਰਿਆ ਜਾਂਦਾ ਕੰਮ। ਪਰ ਜੀ ਆ ਵਧੀਆ ਗੱਲ ਹੈ, ਵਧੀਆ ਗੱਲ ਹੈ। ਬਾਪੂ ਜੀ ਉਹ ਵੀ ਤਾਂ ਗੱਲ ਕਰੋ ਜਿਹੜਾ ਮੈਨੂੰ ਪਹਾੜਾਂ 'ਚ ਘੁੰਮਣ ਦਾ ਸ਼ੌਂਕ ਹੈ, ਸਾਲ 'ਚ 2 ਵਾਰੀ ਲੈ ਕੇ ਜਾਣ ਕਰਦੇ ਆ। ਹੱਦ ਹੋ ਗਈ ਜੀ, ਇਹ ਕਿਹੜੀ ਗੱਲ ਹੈ, ਆਪਾਂ ਪਹਾੜ ਹੀ ਇੱਥੇ ਚੱਕ ਲਿਆਵਾਂਗੇ। ਉਹ ਨਾ ਜੀ ਇੱਥੇ ਤਾਂ ਗਰਮੀ ਬਾਹਲੀ ਹੈ। ਚਲੋ ਜੀ ਫਿਰ ਕੋਈ ਗੱਲ ਨੀ, ਆਪਾਂ ਉੱਥੇ ਚੱਲੇ ਚੱਲਿਆ ਕਰਾਂਗੇ। ਓਹੋ ਜੀ ਬਥੇਰੀਆਂ ਹੋਊਗਾ ਸ਼ਰਤਾਂ, ਬਥੇਰੀ ਹੋ ਗਈ ਪੁੱਛ ਪੜਤਾਲ, ਹੁਣ ਤੁਸੀਂ ਐ ਦੱਸੋ ਵੀ ਅਸੀਂ ਚੁੰਨੀ ਚੜਾਵਾ ਕਦੋਂ ਕਰਨ ਆਈਏ? ਜਦੋਂ ਮਰਜ਼ੀ ਆ ਜਾਓ ਜੀ ਸਾਡੇ ਵੱਲੋਂ ਤਾਂ। ਸਤਿ ਸ੍ਰੀ ਅਕਾਲ। ਅੱਛਾ ਜੀ ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਉਹ ਗੱਲ ਸੁਣੋ ਜੀਬੂ, ਆ ਵੇਖ ਲਾ ਬਾਪੂ ਲਾ ਕੇ ਆਦੀ ਆ ਕਿਵੇਂ ਘਰਾਟੇ ਮਾਰੀ ਜਾਂਦਾ। ਓਏ ਮਗਾ ਇਹ ਘਰਾੜੇ ਨਹੀਂ ਮਾਰਦਾ, ਓਏ ਤਾਂ ਆਪਦੇ ਵਿਆਹ ਦੀਆਂ
ਪੀਪੜੀਆਂ ਵੀ ਆਈ ਜਾਂਦਾ ਪੀਪੜੀਆਂ ਨੀ ਮੈਨੂੰ ਤਾਂ ਲੱਗਦਾ ਓਏ ਆਪਣੀ ਆਉਣ ਵਾਲੀ ਨਵੀਂ ਬੇਬੇ ਨੇ ਜਿਹੜੀ ਉਹਦੇ ਮੂੰਹ ਚ ਬੁਰਕੀਆਂ ਪਾਈ ਜਾਂਦਾ ਬੁਰਕੀਆਂ ਵੇਖ ਵੇਖ ਕਿਵੇਂ ਮੋਰ ਵਾਂਗੂ ਖੰਭ ਖਲੇਰੀ ਜਾਂਦਾ ਲੈ ਲੱਛਣ ਵੇਖ ਇਹਦੇ ਲੱਛਣ ਵੇਖ ਮੈਨੂੰ ਤਾਂ ਹੋਰੋਂ ਲੱਗਦਾ ਆ ਫਿਲਮਾਂ ਵਾਲਿਆਂ ਵਾਂਗੂ ਬਾਪੂ ਨੂੰ ਆਪਣੀ ਨਵੀਂ ਬੇਬੇ ਨੂੰ ਵੱਟਾਂ ਤੇ ਪੱਲਾ ਪਾਉਂਦਾ ਓਏ ਪਾ ਲੈਂਦੇ ਜਿਹੜੀਆਂ ਲੁੱਟੀਆਂ ਪਾਉਂਦਾ ਓਏ ਪਜਾ ਲੈਂਦੇ ਜਿਹਨੂੰ ਵੱਟਾਂ ਤੇ ਪਜਾਉਂਦਾ ਓਏ ਹੋ ਲੈਂਦੇ ਇੱਕ ਪਾਸੇ ਓਏ ਜੇ ਕਿਤੇ ਉੱਠ ਖੜਿਆ ਨਾ ਓਏ ਤਾਂ ਭੂਤ ਵਾਂਗੂ ਚਿੰਬੜ ਜੂ ਆਪਾਂ ਤਿੰਨਾਂ ਨੂੰ ਓਏ ਬਾਪੂ ਜਿਵੇਂ ਹਮ ਲਟਕੇ ਉਵੇਂ ਤੁਮ ਲਟਕੇ ਬਾਪੂ ਕਹਿੰਦਾ ਸੀ ਮੈਂ ਸਵੇਰੇ ਆਰਤੀ ਕੋ ਕੰਮ ਜਾਣਾ ਬਾਪੂ ਜੋਗਾ ਕੱਲ ਆਰਤੀ ਦੇ ਕੰਮ ਤੇ ਆ ਤੈਨੂੰ ਕੈਦੋ ਲੰਘੇ ਜਾਣਗੇ ਆਪਣੇ ਕੰਮ ਅੱਛਾ ਤਾਂ ਤੁਸੀਂ ਗੱਜਣ ਸਿਉਂ ਦੇ ਮੁੰਡੇ ਹੋ ਹਾਂਜੀ ਓਏ ਅਚਾਨਕ ਇੱਥੇ ਕਿਵੇਂ ਓਏ ਸੁੱਖ ਤਾਂ ਹੈ ਮਗਾ ਜੀ ਦਰਅਸਲ ਬਹੁਤ ਵੱਡੀ ਸੁੱਖ ਹੈ ਇਹਦਾ ਸੋਡਾ ਕੋਈ ਪੁੰਨ ਕੀਤਾ ਸੀਗਾ ਅਸੀਂ ਜੋ ਸੋਡੇ ਘਰੇ ਚੱਲ ਕੇ ਆ ਗਏ ਵੇਦ ਗ੍ਰੰਥਾਂ 'ਚ ਲਿਖਿਆ ਇੱਕ ਜਨਾਨੀ ਨੂੰ ਮਾਰਦਾ 100 ਗਊਆਂ ਜਿੰਨਾ ਪਾਪ ਹੁੰਦਾ ਤੇ ਜਨਾਨੀ ਨੂੰ ਬਚਾਉਂਦਾ 200 ਗਊਆਂ ਜਿੰਨਾ ਪੁੰਨ ਹੁੰਦਾ ਯਾਰ ਤੁਸੀਂ ਕੀ ਕਹਾਣੀਆਂ 'ਚ ਬਣਾਈ ਜਾਂਦੇ ਹੋ ਅਸਲ ਮੁੱਦੇ ਤੇ ਆਓ ਗੱਲ ਕੀ ਮੈਂ 5 ਪੜਿਆ ਇਹ 6 ਪੜਿਆ ਹਾਂਜੀ ਮੈਂ 22 ਸਮਝਾਉ ਹਾਂ ਦਸਰ ਕਹਾਣੀ ਸੁਣੂ ਮੈਂ ਦੱਸਦਾ ਜੀ ਜਿਹੜੀ ਮੇਰੀ ਵੱਡੀ ਬੇਬੇ ਸੀਗੀ ਜਾਂਦੀ ਮੇਰੇ ਬਾਪੂ ਦੀ ਪਹਿਲੀ ਘਰ ਵਾਲੀ ਹਾਂ ਉਹਦਾ ਰਿਸ਼ਤਾ ਵੀ ਪੰਮੀ ਵਿਚੋਲੇ ਨੇ ਕਰਾਇਆ ਸੀਗਾ ਹਾਂ ਉਹਨੂੰ ਆਦੇ ਟੈਗ ਹੋ ਗਿਆ ਉਹਨੂੰ ਕੋਈ ਟੈਗ ਟੂਕ ਨਹੀਂ ਹੋਇਆ ਇਹ ਬਹੁਤ ਪੁਰਾਣੀ ਕਹਾਣੀ ਹੈ ਮੇਰਾ ਬਾਪੂ ਅੱਛਾ ਅਧੀਆ ਪੀ ਕੇ ਆਇਆ ਸੀਗਾ ਹਾਂ ਕੀ ਮੈਂ ਤੇ ਮੇਰੀ ਬੇਬੇ ਸੁੱਤੇ ਪਏ ਸੀਗੇ ਤੇ ਮੇਰੇ ਬਾਪੂ ਨੇ ਬਾਜ ਮਾਰੀ ਬੇਬੇ ਨੂੰ ਬੇਬੇ ਨੇ ਕਿਤੇ ਬਾਤ ਸੁਣੀ ਨੀ ਗੀ ਮੁੜ ਫਿਰ ਬਸ ਇੰਨੇ ਜੀ ਮੇਰਾ ਪਿਓ ਤਾਜ ਆ ਗਿਆ ਮਾੜਾ ਜਾ ਉਹਨੇ ਚੱਕਿਆ ਖੁੰਡਾ ਦੋਨੇ ਹੱਥਾਂ ਨਾਲ ਜੋੜ ਕੇ ਨਾ ਆਰ ਵੇਖਿਆ ਨਾ ਪਾਰ ਵੇਖਿਆ ਆ ਕੇ ਬੇਬੇ ਦੇ ਸਿਰ 'ਚ ਠੋਕਿਆ ਹਾੜ ਉੱਥੇ ਬੇਬੇ ਸੁੱਤੀ ਰਹਿ ਗਈ ਅੱਛਾ ਤੇ ਮੁੜ ਸਾਰਾ ਤੈਨੂੰ ਕਿਵੇਂ ਪਤਾ ਹੈ ਓਹੋ ਕਮਾਲ ਕਰੀ ਜਾਂਦੇ ਹੋ 5 ਸਾਲ ਦੇ ਜਵਾਕ ਨੂੰ ਪੂਰੀ ਸੂ ਹੁੰਦੀ ਹੈ ਜਿਹੜੀ ਮੇਰੀ ਬੇਬੇ ਕਹਿੰਦਾ ਨਾ ਦਮੇ ਨਾ ਮਰੀ ਆ ਉਹ ਦਮੇ ਨਾ ਨਹੀਂ ਮਰੀ ਉਹ ਕਿੱਦਾਂ ਮਰੀ ਮੈਂ ਦੱਸਦਾ ਮੇਰੀ ਬੇਬੇ ਤੜਕੇ 4 ਵਜੇ ਉੱਠਦੀ ਸੀ ਸਾਰੀ ਦਿਹਾੜੀ ਕੰਮ ਕੰਮ ਰਾਤ ਨੂੰ ਅੱਧੀਆਂ ਪੀ ਕੇ ਆਉਂਦਾ ਸੀ ਹੈ ਤੇ ਬੇਬੇ ਨੂੰ ਕਹਿੰਦਾ ਮੇਰੀ ਉਹ ਲੱਤਾਂ ਘੁੱਟ ਸਾਰੀ ਰਾਤ ਲੱਤਾਂ ਘੁੱਟਦੀ ਰਹਿੰਦੀ ਉਹਨੂੰ ਦਮ ਹੀ ਨਹੀਂ ਆਉਣ ਦਿੰਦਾ ਸੀ ਕਿਸੇ ਨੂੰ ਕਹਿੰਦਾ ਸੀ ਦਮੇ ਨਾ ਮਰ ਗਈ ਅਸਲ ਵਿੱਚ ਦਮ ਲੈਣ ਹੀ ਨਹੀਂ ਦਿੱਤਾ ਬਸ ਆਈ 3 ਸਾਲ ਕੱਟੀ ਮੇਰੀ ਬੇਬੇ ਪਰ ਤੈਨੂੰ ਕਿਵੇਂ ਪਤਾ ਹੈ ਇਹਨੂੰ ਇਹਨੇ ਦੱਸਿਆ ਮੁੜਾ ਰਿਸ਼ਤਾ ਕਿਹਨੇ ਕਰਾਇਆ ਸੀ ਪੰਮੀ ਵਿਚੋਲਣ ਨੇ ਜਿਹੜੀ ਮੇਰੀ ਬੇਬੇ ਮਾਰੀ ਸੀ ਬੇਬੇ ਨੂੰ ਵੀ ਸ਼ੌਂਕ ਸੀ ਘੁੰਮਣ ਘਮਾਉਣ ਦਾ ਜਿਵੇਂ ਆ ਨਵੀਂ ਬੇਬੇ ਨੂੰ ਪਹਾੜੀ ਇਲਾਕੇ 'ਚ ਘੁੰਮਣ ਦਾ ਸ਼ੌਂਕ ਹੈ 2 ਸਾਲ ਪਹਿਲਾਂ ਵਿਆਹ ਹੋਇਆ ਸੀ ਵਿਚਾਰੀ ਮੇਰੇ ਬਾਪੂ ਨੂੰ ਕਹਿ ਬੈਠੀ ਮਨਾਲੀ ਸ਼ਿਮਲਾ ਘੁੰਮਣਾ ਉਸ ਦਿਨ ਬਾਪੂ ਦਾ ਅਧੀਆ ਪੀਤਾ ਸੀ ਕੁੱਤੋਂ ਫੜ ਲਈ ਤੇ ਫਿਰ ਐ ਘੁਮਾਈ ਆਹ ਆ ਗਿਆ ਸ਼ਿਮਲਾ ਆਹ ਆ ਗਿਆ ਹਿਮਾਚਲ ਆਹ ਆ ਗਈ ਮਨਸੂਰੀ ਆਹ ਆ ਗਿਆ ਕੁੱਲੂ ਆਹ ਆ ਗਈ ਮਨਾਲੀ ਆਹ ਆ ਗਿਆ ਜੰਮੂ ਕਸ਼ਮੀਰ ਡਲਹੌਜੀ ਬੇਬੇ ਨੇ ਹਜੇ ਨੈਨੀਤਾਲ ਦੇਖਣਾ ਹੀ ਸੀ ਗੁੱਤ ਜਦੋਂ ਨਿਕਲ ਗਈ ਤੇ ਬੇਬੇ ਸਾਡੇ ਹੱਥੋਂ ਨਿਕਲ ਗਈ ਤੇ ਮੁੜ ਆਪਣੇ ਪੱਕਾ ਇਹ ਵੀ ਰਿਸ਼ਤਾ ਪੰਮੀ ਵਿਚੋਲਣ ਨੇ ਕਰਾਇਆ ਉਸੀ ਵੇ ਭਰਾ ਪਰ ਮੈਂ ਕੋਈ ਤੇਰੀ ਬੇਬੇ ਬੂਬੇ ਨਹੀਂ ਮੈਂ ਕੋਈ ਵਿਆਹ ਵੀ ਨਹੀਂ ਕਰਾਉਣਾਗਾ ਓਏ ਆ ਜੋੜੇ ਤੁਹਾਡੇ ਮੂਹਰੇ ਹੱਥ ਅਸੀਂ ਤਾਂ ਤੁਹਾਡੇ ਪਿਓ ਦਾ ਮੂੰਹ ਦੇਖ ਕੇ ਵੀ ਰਾਜੀ ਨਹੀਂ ਗਏ ਬਣ ਗਈ ਗੱਲ ਲੈ ਬਈ ਧਨਕੁਰੇ ਇਹ ਹੈ ਤੇਰੀ ਕਲਾਕਾਰੀ ਦਾ ਮੁੱਲ ਜਿਵੇਂ ਕੱਲ ਬਾਬਾ ਜੀ ਦੀ ਮਹਿਮਾ ਗਾ ਕੇ ਬੋਲੀਆਂ ਪਾ ਕੇ ਧੰਨ ਧੰਨ ਕਰਾਈ ਹੈ ਨਾ ਬਸ ਤੁਸੀਂ ਕੱਲ ਨੂੰ ਵੀ ਬਾਬਾ ਜੀ ਦੀ ਮਹਿਮਾ ਗਾ ਕੇ ਬੋਲੀਆਂ ਪਾ ਕੇ ਧੰਨ ਧੰਨ ਕਰਾ ਦਿਓ ਮੈਂ ਕਿਹਾ ਧੰਨ ਕੌਰ ਤਾਂ ਜੰਮੀ ਧੰਨ ਧੰਨ ਕਰਾਉਣ ਨੂੰ ਹੈ ਪਰ ਬਾਬਾ ਜੀ ਨੂੰ ਕਹਿ ਕੇ ਮੇਰੀ ਫੀਸ ਤਾਂ ਵਧਾਓ ਕਿੱਥੋਂ ਲੁਧਿਆਣੇ ਤੋਂ ਆਈ ਦਾ ਛੱਤੀ ਵੱਲ ਪਾ ਕੇ ਉਹ ਧੰਨਕੁਰੇ
ਕਾਹਤੋਂ ਫਿਕਰ ਕਰਦੀ ਆ? ਬਾਬੇ ਮਾਲਾ ਮਾਲ ਕਰ ਦੇਣਗੇ। ਤੁਸੀਂ ਕੱਲ ਦੇ ਪ੍ਰੋਗਰਾਮ ਦੀ ਤਿਆਰੀ ਕਰੋ, ਬਾਬਾ ਜੀ ਦੀ ਮਹਿਮਾ ਗਾਓ ਤੇ ਬੋਲੀਆਂ ਨਾਲ ਗਾ ਪਾਓ। ਲੈ ਬੋਲੀਆਂ ਦਾ ਤਾਂ ਪਾਦੂ ਧੰਨ ਕਰਗਾ, ਜੇ ਕਹੇ ਤਾਂ ਹੁਣੇ ਚੱਕ ਲਿਆ ਬੋਲੀ। ਹੁਣ ਤੂੰ ਜਾ। ਜੈ ਜੈ। ਤਾਂ ਫਿਰ ਬੋਲੋ ਮਹਿਲਾ ਵਾਲੇ ਗੋਰੇ ਬਾਬੇ ਦੀ ਜੈ। ਮਹਿਲਾ ਵਾਲੇ ਗੋਰੇ ਬਾਬੇ ਜੈ। ਮਹਿਲਾ ਵਾਲੇ ਗੋਰੇ ਜੈ। ਮਹਿਲਾ ਵਾਲੇ ਜੈ। ਸ਼ੁਕਰ। ਹੁਣ ਆਪਾਂ ਫੇਸਬੁੱਕ ਦੇਖਦੇ ਆ। ਧਨਕਰ ਤਾਂ ਲੈ ਗਈ ਮਗਰੋਂ। ਰਹਿਣ ਦੋ ਬਾਬਾ ਜੀ ਫੇਸਬੁੱਕ। ਅੱਛਾ ਕਿਵੇਂ ਆ ਭਗਤੋ? ਠੀਕ ਆ ਬਾਬਾ ਜੀ। ਜੈ ਬਾਬਾ। ਇਹ ਹਜੇ ਠੀਕ ਨਹੀਂ ਹੋਈ ਬਾਬਾ ਜੀ। ਜਦੋਂ ਸਪਰਸ਼ ਕਰੀਦਾ ਨਾ ਤਾਂ ਰੌਲਾ ਪਾ ਦਿੰਦੀ। ਕੋਈ ਨਾ, ਹਜੇ ਫਲ ਕੱਚਾ, ਪੱਕ ਜਾਣ ਦਿਓ। ਜਿੰਨਾ ਪੱਕੂ ਓਨੀ ਜ਼ਿਆਦਾ ਮਿਠਾਸ ਦਿਓ। ਸਤਿ ਸ਼੍ਰੀ ਅਕਾਲ ਭਰਜਾਈ ਜੀ। ਉਹ ਕੀ ਹਾਲ ਹੈ ਭਰਜਾਈ ਸਰੇ? ਇੱਥੇ ਬਹਿ ਜਾ। ਸਤਿ ਸ਼੍ਰੀ ਅਕਾਲ ਭਰਜਾਈ। ਆਇਆ ਕੋਈ ਸੁਨੇਹਾ ਨਵੀਂ ਬੇਬੇ ਕਿਆ ਵੱਲੋਂ? ਔਕੇ ਸੌਕੇ ਕਰੀਏ ਵਿਆਹ ਦੀ ਤਿਆਰੀ। ਵੀ ਕਾਹਦਾ ਸੁਨੇਹਾ ਆਉਣਾ ਸੀ? ਉਹਨਾਂ ਦਾ ਆਇਆ ਸੀ ਕੱਲ ਫੋਨ। ਮੈਨੂੰ ਤਾਂ ਦੇ ਗਏ ਉਹ ਜਵਾਬ, ਨਾਲੇ ਬੋਲਦੇ ਸੀ ਭਾਈ ਚੰਗਾ ਮੰਦਾ, ਕਹਿੰਦੇ ਅਸੀਂ ਤਾਂ ਕੁੜੀ ਚੁੰਨੀ ਚੜਾ ਕੇ ਕਰਨਾਲ ਤੋਰਤੀ। ਮੈਨੂੰ ਤਾਂ ਲੱਗਦਾ ਹੈ ਕਿਸੇ ਨੇ ਤਕੜੀ ਭਾਨੀ ਮਾਰੀ ਹੈ। ਮੈਂ ਕਿਹਾ ਭਰਜਾਈ ਭਾਨੀ ਮਾਰੀ ਹੈ ਤਾਂ ਬੱਜੀ ਹੈ। ਉਹ ਭਰਜਾਈ, ਇਹਦਾ ਕਹਿਣ ਦਾ ਮਤਲਬ ਹੈ ਕਿ ਕਿਸੇ ਨਾ ਕਿਸੇ ਨੇ ਭਾਨੀ ਮਾਰੀ ਹੈ। ਵੇ ਜਿਹਨੇ ਵੀ ਮਾਰੀ ਹੈ, ਮੇਰੀਆਂ ਚੂੜੀਆਂ ਵੰਗਾਂ ਤਾਂ ਵਿੱਚ ਰਹਿਣਗਾ ਨਾ। ਮੈਂ ਤਾਂ ਕਹਿੰਦੀ ਹਾਂ ਕੀੜੇ ਪੈਣ ਉਹਦੇ। ਮੈਂ ਕਿਹਾ ਭਰਜਾਈ ਆ ਗਾਲਾਂ ਗੁਲਾਂ ਹੀ ਨਾ ਕੱਢ, ਮੈਂ ਤਾਂ ਦੱਸਾਂ। ਕਿਉਂ ਨਾ ਕੱਢਾਂ ਵੀ ਗਾਲਾਂ? ਮੈਂ ਭਰਜਾਈ ਇਹਦੇ ਕਹਿਣ ਦਾ ਮਤਲਬ ਆ ਕੀ ਹੋ ਗਿਆ ਜੇ ਇੱਕ ਰਿਸ਼ਤਾ ਟੁੱਟ ਗਿਆ? ਤੇਰੇ ਸਾਹਮਣੇ ਤਿੰਨ ਰਿਸ਼ਤੇ ਬੈਠੇ ਆ। ਹਾਂ ਉਹ ਭਾਬੀ ਛੱਡ, ਤੂੰ ਬੁੜਿਆਂ ਬੁੜਿਆਂ ਨੂੰ ਰਿਸ਼ਤੇ ਕਰਾਉਣੇ? ਆ ਵੇਖ ਤੇਰੇ ਸਾਹਮਣੇ ਤਿੰਨ ਜੱਗ ਮੁੰਡੇ ਸਾਹਮਣੇ ਬੈਠੇ ਆ। ਵੇ ਤੁਹਾਡੇ ਚੋਂ ਇੱਕ ਵੀ ਤਾਂ ਪੂਰਾ ਹੈ ਨੀਗਾ, ਤੁਹਾਨੂੰ ਰਿਸ਼ਤਾ ਕਰਵਾ ਕੇ ਮੈਂ ਗਾਲਾਂ ਲੈਣੀ ਹੈਗੀਆਂ? ਮੈਂ ਕਿਹਾ ਭਰਜਾਈ ਫਿਰ ਕਰਦੇ ਪੂਰੇ। ਉਹ ਭਰਜਾਈ ਤੈਨੂੰ ਚੈਨੀ ਵੀ ਪਵਾ ਦਾਂਗੇ, ਚੂੜੀਆਂ ਪਵਾ ਦਾਂਗੇ। ਵੀ ਰਹਿਣ ਦੇ ਚੂੜੀਆਂ ਚੈਨੀਆਂ, ਸਾਰਾ ਕੰਟਰੋਲ ਤਾਂ ਤੁਹਾਡੇ ਬਾਪੂ ਦੇ ਹੱਥ ਹੈ, ਉਹਦੇ ਹੁਕਮ ਮੇਰਾ ਤਾਂ ਤੁਸੀਂ ਸਾਹ ਨਹੀਂ ਲੈਂਦੇ। ਆਪਦਾ ਕੋਈ ਹੋਰ ਹੀਲਾ ਵਸੀਲਾ ਕਰ ਲਓ। ਉਹ ਭਾਬੀ ਬਾਪੂ ਕਿਹੜਾ ਕੱਲ ਦਾ ਜਵਾਕ ਆ ਵੀ ਜਿਹਦੇ ਹੱਥਾਂ ਚੋਂ ਕੰਟਰੋਲ ਖੋਲੀਏ, ਉਹ ਤਾਂ ਮੇਰਾ ਆਪ ਕੰਟਰੋਲ ਚੋਂ ਬਾਹਰ ਹੋਇਆ ਫਿਰਦਾ, ਇਹ ਨਹੀਂ ਸਾਡੇ ਤੋਂ ਹੋਣਾਗਾ। ਵੇ ਸਾਰਾ ਕੁਝ ਹੋ ਜੂਗਾ। ਅੱਛਾ ਆ ਦੇਖ, ਜਿਹਨੇ ਮੇਰੇ ਦੁੱਖ ਦਰਦ ਹਰੇ ਆ ਨਾ, ਉਹ ਤੁਹਾਡੇ ਵੀ ਭਾਗ ਜਗਾ ਦੂਗਾ। ਉਹ ਕੌਣ ਹੈ? ਮੇਰੇ ਬਾਬਾ ਜੀ। ਜੈ ਬਾਬੇ ਦੀ। ਸਾਰੇ ਬੋਲੋ ਜੈ ਬਾਬੇ ਦੀ, ਉੱਚੀ ਬੋਲੋ ਜੈ ਬਾਬੇ ਦੀ, ਮੈਨੂੰ ਨਹੀਂ ਸੁਣਿਆ, ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ, ਨਾਮ ਜਪੋ। ਬਾਬਾ ਜੀ ਪੰਮੀ ਵਿਚੋਲਣ ਨੇ ਉਹ ਭੇਜਿਆ ਤਿੰਨ ਬੱਕਰੇ, ਨਾਲੇ ਕਹਿੰਦੀ ਸੀ ਮੈਂ ਵੀ ਆਉਂਗੀ ਸ਼ਾਮ ਨੂੰ ਆਸ਼ੀਰਵਾਦ ਲੈਣ ਵਾਸਤੇ। ਭਗਤੋ ਕਿਸੇ ਦੇ ਕੰਮ ਚ ਕੋਈ ਅੜਚਣ ਪੈਂਦੀ ਹੋਵੇ, ਕਿਸੇ ਦਾ ਧੀ ਪੁੱਤ ਬਿਮਾਰ ਰਹਿੰਦਾ ਹੋਵੇ, ਜਾਂ ਫਿਰ ਕਿਸੇ ਦਾ ਫੇਸਬੁੱਕ ਨਾ ਚੱਲ, ਮੇਰਾ ਮਤਲਬ ਆ ਕਿਸੇ ਦੇ ਰਿਸ਼ਤੇ ਚ ਅੜਚਣ ਹੋਵੇ, ਸਾਡਾ ਵਿਆਹ ਨਾ ਹੁੰਦਾ ਹੋਵੇ। ਬਾਬਾ ਜੀ ਸਭ ਨੂੰ ਝੋਲੀਆਂ ਭਰ ਕੇ ਦਾਤਾ ਵੰਡਣਗੇ। ਬੋਲੋ ਮਹਿਲਾ ਵਾਲੇ ਗੋਰੇ ਬਾਬਾ ਜੀ ਦੀ। ਮੈਂ ਸਾਨੂੰ ਆਖਿਆ ਸੀ ਨਾ ਬਾਬਾ ਜਾਣੀ ਜਾਣਾ, ਆਪਾਂ ਐਵੇਂ ਭੁੱਲੇ ਰੇ, ਆਪਣੇ ਵਾਲੇ ਪਿਓ ਨੂੰ ਛੱਡੋ ਪਰੇ, ਮੈਂ ਤਾਂ ਆਣਾ ਇਹਨੂੰ ਪਿਓ ਬਣਾ ਲੈਨੇ ਆ, ਬਾਬਾ ਆਪਣੇ ਸਾਰੇ ਰਾਹੂ ਕੇ ਤੂੰ ਸਿੱਧੇ ਕਰ ਦੂਗਾ। ਤੈਨੂੰ ਕਿਵੇਂ ਪਤਾ? ਉਹ ਸਾਹਮਣੇ ਵੇਖ, ਇੱਕ ਬਾਬੇ ਦੇ ਮੋਢੇ ਖੜੀ ਹੈ, ਇੱਕ ਗੋਡੇ ਖੜੀ ਹੈ, ਉਹ ਗੁਫਾ ਚ ਤਾਂ ਪਤਾ ਨੀ ਹਜੇ ਕਿੰਨੀਆਂ ਕੁ ਕੁੜੀਆਂ ਹੋਰ ਹੋਣੀਆਂ। ਮੈਨੂੰ ਲੱਗਦਾ ਬਾਬਾ ਆਪਾਂ ਨੂੰ ਪ੍ਰਸ਼ਾਦ ਚ ਇੱਕ ਇੱਕ ਕੁੜੀ ਤਾਂ ਦੇ ਹੀ ਦੇਊਗਾ। ਗੱਲ ਸਹੀ ਹੈ ਵੱਡੇ ਭਾਈ ਤੇਰੀ। ਹਾਲੀ ਓਏ ਡਿੱਪਰ, ਆ ਜਿਹੜੀਆਂ ਬਾਬਾ ਜੀ ਦੇ ਮਗਰ ਦੋ ਸੋਹਣੀਆਂ ਸੋਹਣੀਆਂ ਕੁੜੀਆਂ ਖੜੀਆਂ, ਇਹ ਪਤਾ ਪਿੱਛੇ ਕਦੋਂ ਖੜੀਆਂ ਹੁੰਦੀਆਂ ਯਾਰ। ਪਤਾ ਲੱਗਾ ਬਾਬਾ ਚੇਲੀਆਂ ਦੀ ਮੱਥੀ ਨੀ ਲੱਗਦਾ, ਸਿੱਧਾ ਮੂੰਹ ਹੀ ਲੱਗਦਾ। ਚੁੱਪ ਕਰੋ, ਐਵੇਂ ਸਾਰੇ ਹੋਰ ਛਿੱਤਰ ਪਵਾਉਂਗੇ, ਚੁੱਪ ਕਰੋ। ਉਹ ਕੀ ਘੁਸਰ ਮੁਸਰ ਜੀ ਕਰੀ ਜਾਂਦੇ ਹੋ, ਕੁਛ ਮੰਗਣਾ ਬਾਬਾ ਜੀ ਤੋਂ? ਹਾਂਜੀ 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 ਮੰਗੋ ਫਿਰ।
अच्छा थोड़े जब किनू रिश्ता नहीं हुंदा? बाबा जी वैसे सड़ा सारा डबर ही छड़ियांदा जी, रिश्ता हुंदा ही नहीं। ब्याह फिलहाल तुसी सड़ा तिन्ना दा ही करा दियो। ते तुहानू तिन कन्या चाहिदियां? हां जी तिन। ओहो वैसे तिन्ना दी तां कोई लोड़ भी नहीं जी, एक ना ही सार लेंगे। हां जी साडी आस च बांदी बहुत है, मैं सानू दसा। हां जी बाबा जी कर दो बेड़ा पार। हां जी बाबा जी, बाबा जी, बाबा जी, बाबा जी ए तां मूर्खिया करो कृपा कोई बाबा। हां जी बाबा जी हुण तां तुसी साडे माई बाप हो, साडा प्यो तां दुश्मन है साडा, साडा रिश्ता नहीं सिरे चढ़न दिंदा बाबा जी। बाबा जी मुड़ा साडे राह दा रिक्का वा बाबा जी, रिक्का चक दियो जी। चिंता ना करो बाबे, सब अड़के कर दे। जय हो, जय हो, जय हो, जय हो, जय हो। भक्तो थोड़ा हल होजू, मंत्र वास्ते समग्री लगू, थोड़ी जी महंगी है। जे तुसी साडा मंत्र पूरा कर गे थोड़े सारे रोने धोने धोते जाणगे। मैं दिना पैसे लो। ओदो कहंदा कि फड़ा दे मंत्र लै बाबे तू। बाबा जी। हां जी। ओ फिर साडे बापू नाल इक्का निकल जू। करदा बाबा जी। हां जदो इन्ना तां पूरा ही ना रहा। चुप कर जो, तड़िके भी काते रहने। हैं की क्या बाबा जी? कुछ नहीं भक्तो, इंदा उपाय करना की है वो तुहानू मैं दसदा। ओए पैर दब के। गल सही है, एक ही दिन बाद बापू ने रहना तो है नहीं, अपना हक बनता पैर दब। ओ साल्या आप दे पैर दब, मेरा मतलब हौली तुर। सौंदा भी पोछवी बन गई है, इवें सोने च चन्न चढ़ना हुंदा है। चुप करो, उस क्यों ना उसके हौली हौली बोतल पी के किवें घराड़े मारी जांदा है, इन्हें फिड़फिड़िया चलता होवे। देखी कितने थाली खड़का दे पतंदरा, वो सप्पा पुआ लेगा जो ठगड़ा था। हाय रब्बा अरे पढ़ कहाँ चल, कितने टूना ना कच्चा छाड़ दे वो। चल चल, हाँ चल हो जा मरा जाओ। तीन बारी मत्था टेकना बैजो सारे निरा पूरा बाबे इतना रह जो कोई आपके मगज तो भी कम ले लो। चलो छेती करो मत्था टेको, चलो चक 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 चल। पूरे दर्शन करो। मर गया अपने बापू मैं तो छोटा सी पिछे लग के आ गया। मैं क्या बापू, बाबे ने सानू पूरा जा दिता सी, मम्मी विचोले ने दस पाई सी गोरे बाबे दी। गोरा बाबा इन तो मैं करूं काला। ला कंजर दे तू भी मेनू फेसबुक वेखन लाता है, आ देख करीना कपूर तेरे देख सारिया सोने मेरे फोन च। ओ तुसी कौन हो दसो? क्यों ओ इन्नी जल्दी भुल गया सानू? भुलण नू भगता अपनी रिश्तेदारी है, तुसी कम दसो।
ਕਿਹੜੇ ਭਰ ਵਿੱਚ ਤੁਰਿਆ ਫਿਰਦਾ, ਉਹ ਕਿਹੜੀਆਂ ਰਿਸ਼ਤੇਦਾਰੀਆਂ, ਉਹ ਬਾਬਾ ਜੀ ਕਿੱਥੇ ਆ? ਉਹ ਬਾਬਾ ਜੀ ਵਿਸ਼ਰਾਮ ਕਰ ਰਹੇ ਆ, ਤੁਸੀਂ ਕੰਮ ਦੱਸੋ। ਓਏ ਸੋਨੂੰ ਕੀ ਦੱਸੀਏ, ਉਹ ਤੁਸੀਂ ਆਪ ਹੀ ਵੇਖੀ ਜਾਂਦੇ ਆ, ਭਜਦਿਆਂ ਦੀ ਇੱਕ ਪੈਰ ਚ ਪੈਗੀ, ਦੂਜੀ ਕੱਛ ਚ। ਬਾਬਾ ਜੀ ਦੇ ਦਰਸ਼ਨ ਕਰਾਓ ਸਾਨੂੰ। ਉਹ ਕੰਮ ਦੱਸੋ ਤੁਸੀਂ। ਇਹਨਾਂ ਨੇ ਕੀ ਦੱਸਣਾ, ਬੁੜੇ ਦਾ ਟੱਟੂ ਪਾਰ ਹੋ ਗਿਆ ਹੁਣ। ਉਹ ਤੂੰ ਚੁੱਪ ਕਰ। ਓਏ ਆ ਤੁਸੀਂ ਆ ਸੱਟਾਂ ਕਿਵੇਂ ਮਰਾਈਆਂ? ਇਹ ਕਿਹੜਾ ਅਸੀਂ ਆਪਸ ਚ ਇੱਕ ਦੂਜੇ ਚ ਵੱਜ ਕੇ ਮਰਵਾਈਆਂ? ਕਮਾਲ ਕਰੀਏ ਜੇ ਤੁਸੀਂ ਤਾਂ। ਓਏ ਸਾਡੇ ਤਾਂ ਜਿਹੜੀਆਂ ਵੱਜਣੀਆਂ ਸੀ ਵੱਜ ਗਈਆਂ, ਪੁੱਤ ਹੁਣ ਤੁਹਾਡੀ ਵਾਰੀ ਆ। ਕੀ ਮਤਲਬ? ਸਾਹਮਣੇ ਦੇਖੋ, ਚੰਗੀ ਤਰ੍ਹਾਂ ਅੱਖਾਂ ਖੋਲ ਕੇ ਵੇਖ ਲੋ। ਹੁਣ ਬਣੀ ਤਸਵੀਰ ਮੁੰਡੇ ਵਾਲੇ ਭਾਈ ਦੀ। ਬਾਬਾ ਜੀ ਵਿਸ਼ਰਾਮ ਕਰ ਰਹੇ ਆ, ਜੇ ਕੋਈ ਕੰਮ ਹੈ ਤਾਂ ਸਾਨੂੰ ਦੱਸੋ। ਓਏ ਉਹ ਭਗਤਾ ਕਿੱਥੇ? ਯਾਰ ਸੁਣਦਾ ਹੀ ਨਹੀਂ। ਹਾਂ ਵੀ ਭਗਤਾ, ਕੀ ਕੰਮ ਆਇਆ? ਕੰਮ ਨਹੀਂ, ਹੁਣ ਤਾਂ ਕੜਾਮ ਆਇਆ। ਕੜਾਮ? ਹਾਂ, ਤੂੰ ਪਿੰਦਾ ਠਾਕੁਰ ਨੀ? ਜਦੋਂ ਮੈਂ ਝਗੜੇ ਦੇ ਕੇਸ ਚ ਜੇਲ੍ਹ ਸੀ ਤੇ ਤੂੰ ਕੁੜੀ ਨਾਲ ਬਲਾਤਕਾਰ ਕਰਕੇ ਉਹਨੂੰ ਜਿਉਂਦੇ ਸਾੜਨ ਦੇ ਕੇਸ ਵਿੱਚ ਜੇਲ੍ਹ ਹੀ ਸੀ। ਮੂੰਹ ਨਾ ਲੁਕੋ, ਮੈਨੂੰ ਹੁਣ ਸਾਰੀ ਗੱਲ ਸਮਝ ਆ ਗਈ ਹੈ। ਜੇ ਤੈਨੂੰ ਸਾਰੀ ਸਮਝ ਆ ਹੀ ਗਈ ਹੈ, ਇਹ ਸਮਝ ਨੂੰ ਆਪਦੇ ਤਾਈ ਰੱਖੀ, ਨਾਲੇ ਤੇਰੇ ਘਰ ਦੇ ਵਿੱਚ ਜੋ ਘਾਟ ਹੈ ਨਾ, ਉਹ ਮੈਨੂੰ ਪਤਾ ਹੈ। ਡੇਰੇ ਨਾਲ ਜੁੜ ਜੋ, ਨਾਲੇ ਤੂੰ ਤੇ ਨਾਲੇ ਤੇਰੇ ਮੁੰਡੇ, ਝੂਟੇ ਉਹ ਸਤਰੰਗੀਆਂ ਪੀਂਘਾਂ। ਓਏ ਰਹਿਣ ਦੇ ਸਾਦਾ, ਆ ਗਿਆ ਨਾ ਆਪਣੀ ਔਕਾਤ ਤੇ। ਉਹ ਤੂੰ ਝੂਠੇ ਜੰਤਰ ਮੰਤਰ ਜੇ ਦੇ ਕੇ ਮੇਰਾ ਘਰ ਪੱਟਣ ਨੂੰ ਫਿਰਦਾ ਸੀ ਨਾ, ਹੁਣ ਗੱਜਣ ਸਿੰਘ ਦਾ ਮੰਤਰ ਸੁਣ। 3 ਦਿਨਾਂ ਦੀ ਮੋਹਲਤ ਦਿੰਦਾ ਮੈਂ ਤੈਨੂੰ, ਆਪਣਾ ਡੰਡਾ ਡੇਰਾ ਚੁੱਕ ਤੇ ਰਾਸਲੀਲਾ ਕਿਤੇ ਹੋਰ ਜਾ ਕੇ ਕਰ, ਸਮਝ ਗਿਆ? ਡੰਡਾ ਡੇਰਾ? ਓਏ ਸਾਡੀਆਂ ਜੜਾਂ ਪੱਟਣੀਆਂ ਬੜੀਆਂ ਔਖੀਆਂ। ਓਏ ਲੱਖਾਂ ਸੰਗਤਾਂ ਨੇ ਸਾਡੇ ਨਾਲ। ਇਹ ਤੇਰਾ ਵਹਿਮ ਹੈ ਸਾਦਾ, ਜਿਹੜੀ ਸੰਗਤ ਪਿੱਛੇ ਹੁੰਦੀ ਆ ਨਾ, ਉਹ ਕਦੋਂ ਮੂਹਰੇ ਲਾ ਲੈਂਦੀ ਹੈ ਪਤਾ ਨਹੀਂ ਲੱਗਦਾ। ਨਾਲੇ ਝੂਠ ਦੀਆਂ ਕੋਈ ਜੜਾਂ ਨਹੀਂ ਹੁੰਦੀਆਂ, ਪਈ ਖਾਨੇ ਚ ਕੇ ਨਹੀਂ। ਓਏ ਬਾਬਾ ਆਪਣੇ ਗ੍ਰਹਿ ਤਿੰਨਾਂ ਦੇ ਸਿੱਧੇ ਕਰਦਾ ਕਰਦਾ ਆਪਦੇ ਪੁੱਠੇ ਪਾ ਕੇ ਬਹਿ ਗਿਆ ਲੱਗਾ ਮੈਨੂੰ। ਤੈਨੂੰ ਕਿਵੇਂ ਪਤਾ ਲੱਗਿਆ? ਚੁੱਪ ਕਰੋ ਸਾਲਿਓ। ਓਏ ਜਿਹੜਾ ਸੀਨ ਚੱਲੀ ਜਾਂਦਾ, ਓਏ ਉਹਦਾ ਮੂਡ ਤਾਂ ਵੇਖ ਲਓ। ਸਿਰਫ 3 ਦਿਨ ਦੀ ਮੋਹਲਤ ਦਿੰਦਾ। ਕੀ ਪਖੰਡਵਾਦ ਰਚਾਇਆ ਇਹਨੇ, ਤੇਰਾ ਖਾਲੀ ਕਰਜ਼ਾ ਖਾਲੀ। 3 ਦਿਨ? ਪੁੱਤ ਜੇ ਤੂੰ ਕੱਲ ਤੱਕ ਇੱਥੇ ਗੋਡੇ ਰਗੜਦਾ ਨਾ ਨਾ ਆਇਆ ਤੇ ਮੈਨੂੰ ਮਹਿਲਾ ਵਾਲਾ ਗੋਰਾ ਬਾਬਾ ਕਹਿੰਦੇ ਸੀ। ਓਏ ਤੁਸੀਂ 3 ਜਣੇ ਅੰਦਰ ਹੋ, ਕਿੱਥੇ ਹੋ? ਓ ਜੀਬੂ, ਓ ਸੈਂਤੀ, ਕਿੱਧਰ ਚਲੇ ਗਏ? ਅੱਗੇ 1 ਜਣਾ ਘਰ ਤਾਂ ਰਹਿੰਦਾ, ਗਏ ਤਾਂ ਗਏ ਕਿੱਥੇ?
ਓਏ ਉੱਤੇ ਹੋ। ਖੇਤ ਵੀ ਕਦੇ ਤਿੰਨੇ ਤਾਂ ਗਏ ਨਹੀਂ। ਖੇਤ ਜਾ ਕੇ ਦੇਖ। ਓ ਤਾਇਆ, ਤਾਇਆ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਾਂ ਤੇਰੀ ਠੀਕ ਹੈ? ਤੁਸੀਂ ਸਾਹ ਚੜਾਇਆ? ਸੁੱਖ ਹੈ? ਉਹ ਤੁਹਾਡੇ ਜੀਬੂ ਹੋਰਾਂ ਨੂੰ ਜੀਪ ਚ ਪਾ ਕੇ ਲੈ ਗਏ। ਓਏ ਮਾਰੋ ਸੀ ਕੌਣ? ਮੈਨੂੰ ਤਾਂ ਦੂਰੋਂ ਦਿਖੇ ਨਹੀਂ, ਤੂੰ ਦੱਸ। ਉਹਨਾਂ ਦੇ ਚੌਲੇ ਜੇ ਪਾਏ ਸੀ ਤੇ ਉਹ ਚੇਲੇ ਚਪਟੇ ਜੇ ਲੱਗਦੇ ਪਏ ਸੀ। ਚੇਲੇ ਚਪਟੇ? ਮੈਂ ਸਮਝ ਗਿਆ, ਇਹ ਕਾਲੀ ਕਰਤੂਤ ਉਹ ਸਾਧ ਨੇ ਕੀਤੀ। ਸਾਧਾ, ਹੁਣ ਤੂੰ ਗਿਆ ਕੰਮੋ। ਗੱਜਣ, ਤੂੰ ਕੀ ਗੱਲ ਹੋ ਗਈ? ਗੁੱਸੇ ਚ ਲੱਗਦਾ। ਕੀ ਹੋ ਗਿਆ? ਤੂੰ ਤੇ ਤੇਰਾ ਬਾਬਾ ਦੋਵੇਂ ਕਿਉਂ ਖਿਚੜੀਆਂ ਨਾ? ਨਹੀਂ ਨਹੀਂ ਗੱਜਣ, ਸਫਾਈਆਂ ਨਾ ਦੇ ਮੈਨੂੰ। ਸਾਰਾ ਪਤਾ ਮੈਨੂੰ, ਤੇਰੇ ਆ ਸਾਧ ਨੇ ਮੇਰੇ ਤਿੰਨੇ ਮੁੰਡੇ ਚੱਕ ਲਿਆ। ਨਹੀਂ ਗੱਜਣ, ਮੈਂ ਮੇਰੇ ਚ ਕੋਈ ਹੱਥ ਨਹੀਂ ਹੈ। ਦੇਖ, ਮੈਂ ਲਾਲਚਨ ਜ਼ਰੂਰ ਹਾਂ, ਪਰ ਮੈਂ ਐਡੀ ਕਮੀਨੀ ਨਹੀਂ ਹਾਂ, ਯਕੀਨ ਕਰ ਮੇਰਾ। ਸੋਚ ਲੈ, ਜੇ ਇਹਦੇ ਚ ਤੇਰਾ ਰੱਤੀ ਭਰ ਵੀ ਹੱਥ ਹੋਇਆ ਨਾ, ਤੇ ਮੇਰੇ ਮੁੰਡਿਆਂ ਨੂੰ ਝਰੀਟ ਵੀ ਆਈ ਤਾਂ ਤੇਰੇ ਟੋਟੇ ਕਰਕੇ ਇੱਥੇ ਹੀ ਦੱਬੂਗਾ। ਤੇ ਫਿਰ ਭੁੱਲ ਜੀ ਬਈ, ਗੱਜਣ ਸਿਉ ਤੇਰਾ ਸੱਜਣ। ਸਮਝ ਗਿਆ ਨਾ? ਹੈਲੋ ਹੈਲੋ ਬਾਬਾ ਜੀ, ਗੱਜਣ ਸਿਉ ਆਇਆ ਸੀ ਇੱਥੇ, ਬਹੁਤ ਅੱਗ ਬਬੂਲਾ ਹੋਇਆ ਫਿਰਦਾ ਸੀ। ਦੇਖੋ ਹੁਣ ਉਹ ਤੁਹਾਡੇ ਵੀ ਨਹੀਂ ਆਇਆ। ਮੈਨੂੰ ਨਹੀਂ ਲੱਗਦਾ ਹੁਣ ਉਹ ਕੁਛ ਤੁਹਾਨੂੰ ਹਟੂਗਾ। ਦੇਖੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਪਹਿਲਾਂ ਇਹ ਸਾਰੇ ਵਿੱਚ ਮੇਰਾ ਨਾਂ ਨਹੀਂ ਆਉਣਾ ਚਾਹੀਦਾ। ਗੋਰੇ ਬਾਬੇ ਦੀ ਹੈ। ਚਾਚਾ, ਬਾਬੇ ਦੀਆਂ ਕਾਲੀਆਂ ਕਰਤੂਤਾਂ ਤੋਂ ਪਰਦਾ ਚੱਕਣ ਦਾ ਸਹੀ ਵੇਲਾ ਆ ਗਿਆ। ਜੇ ਇਹੀ ਵੇਲਾ ਹੈ ਤਾਂ ਫਿਰ ਕਵੇਲਾ ਨਾ ਕਰੋ, ਚਲੋ ਚਲੋ ਚਾਚਾ ਜੀ, ਚਲੋ। ਤੂੰ ਫਿਰ ਆਪਦੀ ਡਿਊਟੀ ਸਾਂਭ ਤੇ ਮੈਂ ਆਪਦੀ ਡਿਊਟੀ ਸਾਂਭਦਾ। ਠੀਕ ਹੈ। ਮੇਰਾ ਨਾਮ ਜਪੋ, ਮੇਰਾ ਨਾਮ ਜਪੋ, ਮੇਰਾ ਨਾਮ ਜਪੋ। ਅੱਜ ਅਸੀਂ ਤੁਹਾਨੂੰ ਸੱਚ ਤੇ ਝੂਠ ਬਾਰੇ ਦੱਸਾਂਗੇ ਭਾਈ। ਤੁਸੀਂ ਅੱਖਾਂ ਬੰਦ ਕਰਕੇ ਨਾਮ ਜਪੋ, ਨਾਮ ਜਪੋ। ਬਸ ਹੋ ਗਈ ਆਕੜ ਢਿੱਲੀ। ਬਈ ਮੈਨੂੰ ਤਾਂ ਇਉਂ ਸੀ ਕਿ ਗੱਜਣ ਸਿਉ ਬਹੁਤ ਗੱਜੂਗਾ, ਪਰ ਭਾਈ ਇਉਂ ਨਹੀਂ ਪਤਾ ਸੀ ਇੰਨਾ ਹੀ ਡਰ ਜੂਗਾ। ਚੰਗਾ ਕੀਤਾ ਮਾਫੀ ਮੰਗਣ ਆ ਗਿਆ।
जे मुहो कोई भी बोल बोल दिंदा ना ता तेरे तिन्ने मुंडियां दियां लाशां घरे पहुंच जानियां सी। नाले कमलिया पहाड़ा नाल भी मत्थे लाई दे, लोग ता काट काट दा पानी पींदे है, असी ता काटा ही पी गे। ओए आ देखो सादियां कर दोता है, आ देख तेरिया कच्चिया गोलियां खेडिया ने ते साडिया पक्किया गोलियां खेडिया ने, तेरे ते साडे च आही फर्क है। चल तेनू माफ कर दे पर एक बारी गोडिया भार होके माफी मांग ले। गल सुनो सादा, गज्जन सिंह टुट सकता है मिट सकता है पर झुक नहीं सकता। कच्चियां गोलियां मैं नहीं तू खेडिया, तेरी आ गल इस वक्त सारी दुनिया च पहुंच रही है, पता तेनू नहीं? आ वेख बाबे दियां करतूतां। आ देखो जी बाबे दे घर। ओए आ देखो ओए बाबे दियां करतूतां, तुहानू किन्नी वारी समझाया बाबे पिछे ना जाया करो। बाबा जी देखो ये अपनियां गंदियां गंदियां वीडियो नेट ते। बाबा जी आ तुहाडियां गंदियां गंदियां वीडियो जी आई जांदियां, मैं तां डरदा मारा बोलिया ही नहीं जी, पर घबराओ ना जी आ धुंदलियां ही आ। दबाओ उपर चाको सादा, तेरा खेल खत्म, सारी दुनिया सामने हो गया नंगा। तकड़े हो जो साथ अपनों निकल ना जाए। दस मेरे मुंडे किथे है? मैंने तेरे मुंडे का की पता? तैनू नहीं पता? हट, भज के जाएगा किथे? क्यों भी साधा कहते होंगे है भी सदा दिवाली साधी ते चत्तो पैर बसंत होंगी है, जेड़े साधे हुए साध होंगे ना उन्हों की होंगी है, वो तेरे वर्गे बूबणिया की तो काली दिवाली होंगी है, तो होंगी भी जेल दिया काल कोठड़िया च है। चलो सादा तेनू कराइए जेल की सैर, सटो इनू गड्डी च करिए इनकी चर्बी घट। ठहरो थानेदार साहब, आप पखंडी साध दी कैद विचों मेरे मुंडिया नू कीने छुड़ाया ते तेरा आ सारा पर्दाफाश कीने कीता ए तो दस दिए। ऐस गुड्डी ने मैं नहीं आ गुड्डिया। गुड जॉब। थैंक यू सर। सीआईडी इंस्पेक्टर हरिंदर सिंह संधू, सीआईडी सब इंस्पेक्टर अमन सेखो। मैनू बाहर आ जान दो, तुहानू तां इक इक नू देख लूंगा। ओ साला ओ हुण तां तेरियां हड्डियां ही बाहर आउणगियां, ओ तेरे ते केस ही इन्ने बनने हैं। ओए ऐस जन्म च तां तेरी सजा ही मसा पूरी होनी है, तो इहनू कट्टी जा। आ करी गई तेरी गिटी जिवें पुलिस ने चेली करी ते आ कुटता तेरे वाला गीटा ते जिवें पुत बापू ने साथ कट्टिया सी हुण तां वी गिटियां गईयां लै पुत। बापू लगदा बापू अज घर छड्ड के चलिया।
जा बापू तू जाएगा ता ही इन्हां दियां अखां खुलणगियां कि बापू हुंदा की आ नाले बापू पंजां सालां बाद इक अद्धा गेड़ा मार जा करी फिर भी असीं तेरियां औलादां वां जा मेरे बाबला जा बापू असीं तेरे निकम्मे पुत कम नहीं करते धंधा नहीं करते बापू एक गल दसा मैं वैसे तेरा छड़ के सानू जाना बनता बापू बनता तेरा सानू छड़ के जाना चुप ड्रामा बंद करो मैं चलिया बाहर मैनू 10 दिन भी लग सकते हैं 15 दिन भी लग सकते हैं ते महीना भी लग सकता है हो सकता मैं आथने ही आ ते जे मेरे मगरों कोई 19-21 कीती ता फिर देख लो आज उन्हें 31-51 बजनगे समझ गए हो हाँ बापू जी हाँ बापू जी बाकी गल्ला ता सारिया ठीक है गया बापू पर आज जड़ी आथने वाली गल कह गया ना ए खून सकाऊ अपना गंडे 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 ओ रब्बा कदों तक रवांगे छड़े साडे भी करा दे किसे दे नाल पंडे पंडे ओ पंडे रब्बा टिंगलिक टिंगलिक ओ पतीली दा थल्ला ना करदी ओ तै सिद्धी मारियो कपड़िया दी ओए मगा डिपरा ओ जेड़ा कुछ मैं वेखी ना ओही तैनू दिसी जांदा ओ ते तैनू मैं कहण लगा जो मेनू को दिखी जांदा ओ तैनू भी दिखी जांदा ओए आपा तिन्ना नु इक्को जई दिखी जांदा मेनू लगदा सुपना ओ कोई चुंडी वड्डो ओए चुंडी दा वड देओ पर छतरा तो डरदा है ओ सालियो मेरे वड्डो ओ साचा ओए 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 तू पहला सच्ची सुपना बन जाए ओ चक लो ओ चक किदा लईए ओ केली की दी आ ओ सौरी जा तू इना फेरे ले आ जेडी जेडी हाथ हो दिया चक लो मैं तो था अब चलो आलू 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 पट है वे तुसी सारा दिन बापू नु माड़ा माड़ा कही जांदे सी ओ वेख बापू ने अपने तिन्ना वास्ते एक एक बहु लिया दी है बापू होवे तो तेरे वरगा नहीं तो होवे ही ना बापू तू लेट ना कर केड़ी केड़ी आ हथा जात बड़ा अग्गे ही बड़ा लेट आ ओए ए थोड़े वास्ते नहीं मैं आपदा इंतजाम करके लेके आया 15 सालां दा क्योंकि हर 5 सालां बाद मेरे घर वाली मर जांदी है समझ गए हो तुहानू ब्याह दी नहीं पहला मां दी लोड़ है पानी बार बन्ने दी है माए बन्ना बन्नी बार खड़े समझे हो ए बापू तेरा ककरार बंद करो बापू जवान मुंडे परेशान तुसी भी पै गए ना फिर चक्कर च कि मैं ये तिन्ने वोटियां आप दे वास्ते लेके आया जां फिर मुंडियां वास्ते भई ये देखन वास्ते थोनू फिल्म दा अगला भाग देखना बापू किदे नाल गल्लां करी जाना चुप ਵੱਟ ਮੁੱਛਾਂ ਨੂੰ ਝਾੜਦਾ ਰਹਿੰਦਾ ਰੋਜ਼ ਤੀਵੀਆਂ ਤਾੜਦਾ ਰਹਿੰਦਾ ਏ ਵੱਟ ਮੁੱਛਾਂ ਨੂੰ ਝਾੜਦਾ ਰਹਿੰਦਾ ਰੋਜ਼ ਤੀਵੀਆਂ ਤਾੜਦਾ ਰਹਿੰਦਾ ਕਿਉਂ ਨਾ ਕਹੀਏ ਗੱਲ ਮਾੜੀ ਰੰਗ ਕੇ ਰੱਖਦਾ ਨਿੱਤ ਦਾੜੀ ਉੱਠੇ ਦੇ ਕਾਰਿਆਂ ਦੇ ਵਿੱਚ ਮੋਕੀ ਪਰੇਸ਼ਾਨ ਲੱਕਦਾ ਪਿੱਛੇ ਲਾ ਕੇ ਲੰਡੀ ਨੂੰ ਕੁੰਡਾ ਟੱਕਰਦਾ ਜਿਵੇਂ ਟੱਕਰੇ ਸੋਵਲ ਖਾ ਕੇ ਲੰਡੀ ਨੂੰ ਕੁੰਡਾ ਟੱਕਰਦਾ ਜਿਵੇਂ ਟੱਕਰੇ ਸੋਵਲ ਖਾ ਕੇ ਸ਼ਮਲੇ ਵਾਲੀ ਪੱਗ ਹੱਥੀ ਕੁੰਡਾ ਕੱਟੇ ਹੈ ਜਾਨ
छड़े मुंडे ने तीनों ये तरले मारन व्या लई बापू अगे पेश न चले सारी पावर ला लई बापू अगे पेश न चले सारी पावर ला लई करदे कम कर करके जिंदगी होई पई बिना।